ਸਰ ਬੂਟਾ ਸਿੰਘ ਸ਼ਾਦ ਹੋਣਾ ਦੀ ਕਹਾਣੀ ਸਰਦਾਰਨੀ ਸਨ 1948 ਦੀ ਗੱਲ ਹੈ। ਨਿੱਕਾ ਵਰਿਆਂ ਬਾਅਦ ਪਿੰਡ ਮੁੜਿਆ, ਕੰਨਾਂ ਚ ਨੱਤੀ ਮੁੰਦਰਾਂ ਵੀ ਕਹਿੰਦੇ, ਤੇ ਉਹਨਾਂ ਵਿੱਚ ਕੱਚ ਦੇ ਰੰਗ ਬਿਰੰਗੇ ਮਣਕੇ, ਮਣਕਿਆਂ ਚ ਵੇਖਣ ਦਾ ਮੂੰਹ ਦਿਖਦਾ, ਮਣਕੇ ਤਾਰਿਆਂ ਨੂੰ ਹੱਸਦੇ। ਨਿੱਕਾ ਦੂਜੀ ਵਾਰ ਜਦ ਪਿੰਡੋਂ ਬਾਹਰ ਨਿਕਲ ਕੇ ਆਇਆ, ਗਲ ਚ ਸੋਨੇ ਦਾ ਕੈਂਠਾ, ਦੰਦਾਂ ਚ ਮੇਖਾਂ, ਦੰਦ ਉੱਪਰ ਸੋਨਾ ਇੱਕ ਪੋਪਲਾ ਚੜਿਆ। ਲੋਕ ਕਹਿੰਦੇ ਅਸਲੀ ਦੰਦ ਪਟਾ ਕੇ ਸੋਨੇ ਦਾ ਜੜਾ ਲਿਆ, ਬੜਾ ਸੋਨੇ ਦੀਆਂ ਮੁੰਦਰਾਂ, ਹੱਥ ਤੇ ਕਾਲੀ ਘੜੀ, ਸਵੇਰੇ ਸਾਜਰੇ ਮੋਚਨੇ ਨੂੰ ਝਈਆਂ ਲੈ ਲੈ ਪਈਆਂ, ਚਿੱਟਾ ਧੂੰਆਂ, ਚਾਦਰਾ, ਬਾਸਕਟ, ਧੌੜੀ ਦੀ ਜੁੱਤੀ, ਜਰਕ ਜਰਕ ਕਰਦਾ, ਖਾਂਦਾ ਕੀ ਹੈ? ਛੁਆਰੇ ਖਾਂਦਾ, ਸਾਡੇ ਵਾਂਗੂ ਕਿਹੜਾ ਪੋਧਰੇ ਦੀ ਖਾਂਦਾ? ਇੰਨਾ ਸਿਉਣਾ ਲਿਆਉਂਦਾ ਕਿੱਥੋਂ ਹੈ? ਮਲੰਮਾ ਚੜਾਈ ਫਿਰਦਾ ਮਲਾਂਗਾ, ਨਿੱਕੇ ਪੁੱਛਦੇ, ਨਿੱਕੇ ਨਿਆਣੇ ਪੁੱਛਦੇ, ਬੋਲ ਕਬੋਲ ਕਰਦੇ। ਨਿੱਕਾ ਮਾਪਿਆਂ ਵੱਲੋਂ ਖਾਕੀ ਨੰਗ, ਮਾਪੇ ਬੱਕਰੀਆਂ ਚਾਰਦੇ, ਨਿੱਕੇ ਦਾ ਬੱਕਰੀਆਂ ਮਗਰ ਫਿੜੀ ਫਿੜੀ ਕਰਦੀਆਂ ਲੱਤਾਂ, ਨਾ ਕਢਾਈਆਂ, ਨਾ ਖੁੱਚਾ ਕਮਜ਼ੋਰ ਕੀਤਾ, ਫਰੀਦਕੋਟ ਮਹਾਰਾਜੇ ਦੇ ਭਰਤੀ ਹੋ ਗਿਆ। ਮੈਂ ਸ਼ਰਤ ਲਾਉਣਾ ਜੇ ਸਿਉਣਾ ਹੋਵੇ, ਸਿਉਣਾ ਤਾਂ ਬਹੁਤ ਮਹਿੰਗਾ, ਸਿਉਣਾ ਤਾਂ ਵੱਡੇ ਵੱਡੇ ਘਰ ਲੈ ਸਕਦੇ ਨੇ, ਨੰਗ ਭਲਾ ਕਿੱਥੋਂ ਲੈ ਦਊ? ਸਾਲਾ ਨੰਗ ਮਲੰਮਾ ਚੜਾ ਕੇ ਲੋਕਾਂ ਨੂੰ ਦੁਖੀ ਕਰਦਾ। ਨਿੱਕੇ ਦੀ ਚੌਂਕੜੀ ਉੱਪਰ ਨਿੱਕੇ ਨਿਆਣਿਆਂ ਦੀ ਧੀਰ ਦੀਆਂ ਗੱਲਾਂ ਸ਼ਾਇਦ ਧੂੰਏ ਦੇ, ਸਿਉਣਾ ਹੀ ਹੋ ਸਕਦਾ, ਇੱਕ ਲੰਮੇ ਬੁੜੇ ਨੇ ਕਿਹਾ। ਉਹ ਬੈਠੇ, ਉਹਦੇ ਗੋਡੇ ਉਹਦੇ ਕੰਨਾਂ ਤੱਕ, ਦੂਰੋਂ ਦੇਖਦੇ ਨੂੰ ਬੰਦੇ ਨੂੰ ਐਂ ਲੱਗਦਾ ਸੀ ਜਿਵੇਂ ਅੜਾ ਖੋੜ ਕੱਢਿਆ। ਸੋਨਾ ਤਾਂ ਭਲੇ ਲੋਕੋ ਪਿੰਡੇ ਮਾਰਿਆ ਨੀ ਮਿਲਦਾ, ਰਾਜੇ ਰਾਣਿਆਂ ਦੇ ਮਿਲਦਾ, ਇਹ ਸਾਲਾ ਦੰਦਾਂ ਚ ਲਵਾਈ ਫਿਰਦਾ, ਪਿੱਤਲ ਦੀਆਂ ਮੇਖਾਂ ਲਵਾਈ ਫਿਰਦਾ, ਸੋਨਾ ਨਾਲੇ ਪੋਲੇ ਘਾਰ ਗਾ ਹੁੰਦਾ, ਆਰ ਪਾਰ ਲੰਘ ਜਾਂਦਾ ਹੈ ਬੁੜਾ। ਇੱਕ ਹੋਰ ਦੱਸੇ, ਜਿਵੇਂ ਸੋਨੇ ਦਾ ਵਪਾਰੀ ਹੁੰਦਾ, ਮੈਂ ਸ਼ਰਤ ਲਾ ਸਕਦਾ ਸਿਉਣਾ, ਤੇ ਪਤਾ ਕਿਵੇਂ ਲੱਗੂ? ਸੁਨਾਰਾ ਹੀ ਪਰਖ ਸਕਦਾ, ਸੁਨਾਰਾ ਤਾਂ ਸ਼ਹਿਰ ਆ, ਪਿੰਡ ਵਾਲੇ ਰੌਣਕੀ ਸੁਨਾਰੇ ਨੂੰ ਲਿਆਈਏ, ਓਏ ਉਹਦਾ ਘਾਹ ਖੋਤਾ ਹੈ, ਉਹਨੇ ਕਦੇ ਬਣਾ ਨਹੀਂ, ਉਹਦੇ ਕੋਲ ਕਸਬੱਟੀ ਹੈ, ਕਸਬੱਟੀ ਕੀ ਹੁੰਦੀ ਹੈ? ਉਹਦੇ ਉੱਪਰ ਸਿਉਣਾ ਬਾਈ ਸਿੰਘ ਘਸਾਈ ਦਾ, ਸੋਨੇ ਦੀ ਲੀਕ ਤੋਂ ਪਤਾ ਲੱਗ ਜਾਂਦਾ ਵੀ ਸਿਉਣਾ। ਉਹਨੇ ਲੀਕ ਇੰਨੀ ਤੇਜ਼ ਗਈ ਸਾਰੇ ਉਹਦੇ ਵੱਲ ਨੂੰ ਝਾਕਣ। ਸਵੇਰੇ ਦਿਨ ਚੜ੍ਹਦੇ ਰੌਲਾ ਪੈ ਗਿਆ ਪਿੰਡ ਚ, ਅੱਜ ਨਿੱਕੇ ਦਾ ਸਿਉਣਾ ਜਿਹੜਾ ਪਰਖਣਾ, ਚਾਹ ਦੇ ਲੀਟਰ ਲੀਟਰ ਦੇ ਕੱਪ ਅੰਦਰ ਸਿੱਟ ਕੇ ਮੁੱਛਾਂ ਚੂਸਦੇ ਜੱਟ ਦਰਵਾਜੇ ਆ ਗਏ, ਰੌਣਕੀ ਆ ਗਿਆ ਤੇ ਨਿੱਕੇ ਨੂੰ ਸੜਿਆ। ਲੈ ਨਿੱਕਾ ਸਰ ਚੀਚੀ ਦੀ ਛਾਪ ਲਾ ਦੇ। ਨਿੱਕੇ ਨੂੰ ਪਤਾ ਸੀ ਵੀ ਪਿੰਡ ਨੂੰ ਅੱਜ ਮੈਂ ਦੁੰਜੂ ਕਰਨਾ, ਪਿੰਡ ਮੇਰੇ ਬਹੁਤ ਬਾਹਰ ਪੁੱਠੇ ਚੱਕਦਾ। ਨਿੱਕੇ ਨੇ ਹੱਥ ਸਿੱਧਾ ਕੀਤਾ, ਲੈ ਲਾ ਲਓ। 10 ਸ਼ਾਂਪਾਂ ਤੇ ਗੂਠੇ ਦੇ ਨਾਲ ਦੋਨੇ ਹੱਥਾਂ ਬਨੇਰੇ ਤੇ ਦੀਵਾਲੀ ਦੀ ਰਾਤ ਨੂੰ ਜਗਦੇ ਦੀਵਿਆਂ ਵਾਂਗੂ ਉਂਗਲਾਂ ਮੁੰਦੀਆਂ ਚ ਚੜੀਆਂ ਪਈਆਂ ਸੀ। ਨੱਤੀ ਰਾਮਾ ਤੇ ਦੰਦ ਕਸਾਵਾਂ ਤੇ ਕੜਾ ਫੇਰਾ, ਇਹ ਹੋਏ ਕੱਲੀ ਕੱਲੀ ਦੱਸਦਾ, ਚੀਚੀ ਵਾਲੀ ਛਾਂਪ ਲਾ ਦੇ। ਚੁੱਪ ਹੋ ਗਈ, ਲੋਕ ਦੇਖੇ ਬਨੇਰੇ ਤੇ ਬੁੜੀਆਂ ਦੇਖ, ਰੌਣਕੀ ਨੇ ਕਸਬੱਟੀ ਉੱਪਰ ਮੁੰਦੀ ਕਸਾਈ, ਮੁੰਦੀ ਟੁੱਟ ਦੇ ਤਾਰੇ ਦੀ ਮੱਧਮ ਲੀਕ ਦੇ ਨਾਲ ਅਸਮਾਨ ਚ ਛੱਡਣਾ, ਕਾਲੀ ਕਸਬੱਟੀ ਦੇ ਉੱਪਰ ਦੀ ਤਾਰ ਵਾਂਗੂ ਲਕੀਰ ਛੱਡ। ਓਏ ਅਸਲੀ ਨਖਾਲਸ ਸਿਉਣਾ ਹੈ, ਸੁਨਿਆਰੇ ਨੇ ਚੀਕ ਜੀ ਮਾਰੀ, ਬਈ ਬੱਲੇ ਬਈ ਕੌਤਕ, ਓਏ ਇੰਨਾ ਸਿਉਣਾ ਲਿਆਇਆ ਕਿੱਥੋਂ ਹੈ? ਰਾਜੇ ਨੇ ਨਾਮ ਦਿੱਤਾ, ਰਾਜ ਦਾ ਪਿੰਡੇ ਦਾ ਮੈਲ ਨੀ ਦਿੰਦਾ, ਨਾਲੇ ਫਰੀਦਕੋਟ ਹੀ ਆ, ਮਤਲਬ ਇਹ ਹੈ ਨੀ, ਉਹ ਤਾਂ ਪਹਾੜਾ ਸਿਉਂ ਹੈ, ਗਦਾਰੀ ਹੈ, ਡਾਕਾ ਵਾਰਨ ਵਾਸਤੇ, ਡਾਕਾ ਤਾਂ ਨੀ ਲਿਆ, ਡਾਕੇ ਵਾਸਤੇ 11 ਗੋਲੀ ਦੀ ਰਫਲ ਚਾਹੀਦੀ, ਬੈਂਤਲ ਪਠਾਣੀ ਦੇਖੀ ਆ ਤੈ ਕਦੇ? ਆਹੋ ਛੋਟੀ ਹੁੰਦੀ ਹੈ, ਓਏ ਛੋਟੀ ਨੀ ਹੁੰਦੀ, 11 ਗੋਲੀਆਂ ਜਿਵੇਂ ਊਠ ਦੇ ਢਿੱਡ ਦੇ ਵਿੱਚ ਸਾਰੀਆਂ ਗਾਤਨਾ ਹੁੰਦੀਆਂ, ਬੈਂਤਲ ਚ 11 ਗੋਲੀਆਂ ਐਂ ਜਾ ਵੜਦੀਆਂ। ਸਾਰਿਆਂ ਨੂੰ ਐਂ ਲੱਗਿਆ ਜਿਵੇਂ ਸਾਹਮਣੇ ਬੈਂਤਲ ਫੜੀ ਪਈ, ਭੱਜਿਆ ਤਾਂ ਨੀ, ਫਿਰ ਜਾਂਦਾ ਕਿੱਥੇ? ਪਰ ਪਤਾ ਨੀ ਵੇ ਸਿਉਣਾ ਅਸਲੀ ਆ ਲੋਕੋ। ਛਾਜਾ ਵਰਗਾ ਹੱਥ ਸੱਜਾ ਰੌਣਕੀ ਨੇ ਖੜਾਇਆ, ਹੱਥ ਚ ਉਹਦੇ ਕਸਵੱਟੀ ਦੀ, ਲੋਕ ਕਸਵੱਟੀ ਵੱਲ ਦੇਖਦੇ ਵੀ ਇਹਦੇ ਚ ਕੀ ਹੈ, ਕਸਵੱਟੀ ਕਿਵੇਂ ਬਣਦੀ ਹੈ? ਉਹ ਕਹਿੰਦਾ ਬਣਦੀ ਨੀ ਭਾਈ ਸਾਹਿਬ, ਇਹ ਇੱਕ ਨੇ ਹੋਰ ਉਂਗਲ ਚੱਕ ਲਈ, ਇਹ ਪਹਾੜਾਂ ਦੇ ਵਿੱਚ ਇੱਕ ਬੱਕਰਾ ਹੈ, ਉਹ ਬੱਕਰਾ ਖਾਂਦਾ ਸੱਪ, ਉਹ ਸੱਪ ਦੀ ਡਿੱਗਦੀ ਆ ਝੱਗ, ਝੱਗ ਡਿੱਗਦੀ ਆ ਪੱਥਰ ਤੇ, ਪੱਥਰ ਤੇ ਝੱਗ ਜਿਹੜੀ ਚਿੰਬੜ ਜਾਂਦੀ ਆ ਉਹਨੂੰ ਕਸਬੱਟੀ ਕਹਿੰਦਾ। ਮੈਂ ਜਾ ਤੁਰਦਾ ਬੜ, ਉਹ ਮਣਕਾ ਹੁੰਦਾ ਉਹ ਬੱਕਰੇ ਦੀ ਜਿਹੜੀ, ਜਿਹੜਾ ਬੱਕਰਾ ਸੱਪ ਖਾਂਦਾ ਉਹ ਮਣਕਾ, ਜਿਹੜਾ ਯੋਗੀਆਂ ਕੋਲ ਜਿਹੜਾ ਜ਼ਹਿਰ ਚੂਸਦਾ,
ਕਸਵੱਟੀ ਹੋਰ ਆ ਉਹ ਮਣਕਾ ਓ ਅੱਛਾ ਭਾਈ ਉਹ ਮਣਕਾ ਮਣਕਾ ਉਹ ਇਹ ਕਸਵੱਟੀ ਹੋਰ ਆ ਫਿਰ ਮੈਂ ਗਲਤ ਕਰ ਗਿਆ ਗੱਲ ਚਲੋ ਏ ਚਾਹ ਤੇਰੀ ਘੱਟ ਪੀਤੇ ਜਾ ਕੇ ਚਾਹ ਚੂ ਪੀ ਕੇ ਆਇਆ ਨਾਲੇ ਚਮਚਾ ਲਾ ਕੇ ਆ ਦੁਬਾਰਾ ਕਰੀ ਗੱਲ ਉਹ ਜਾਂਦਾ ਜਾਂਦਾ ਝੱਗਾ ਚੱਕ ਕੇ ਬੱਖੀਆਂ ਤੇ ਖਾਜ ਕਰਦਾ ਤੁਰਿਆ ਜਾਂਦਾ ਪਿੱਛੋਂ ਪਜਾਮੇ ਦੇ ਬਲ ਦੇਖਦੇ ਸੀ ਬਾਕੀ ਫੇਰ ਨਿੱਕਾ ਪਿੰਡੋ ਸਿਤਮ ਵਾਲਾ ਬਈ ਫੇਰ ਗਿਆ ਹੁਣ ਜਦ ਨਿੱਕਾ ਆਇਆ ਤਾਂ ਇੱਕ ਜਵਾਨ ਕੁੜੀ ਲੈ ਆਇਆ ਜਵਾਨ ਕੁੜੀ ਨੂੰ ਨਾ ਵੇ ਚੰਦਰਾ ਛੋਟੀਆ ਮੋੜ ਦੇ ਮਾਪਿਆਂ ਨੂੰ ਕੱਚਾ ਚੂਹਾ ਵੇਲ ਨਾਲ ਤੋੜ ਲਿਆ ਪਾਣੀ ਨਿਕਲੂ ਤੋੜੇ ਤੇ ਮਾਪਿਆਂ ਦਾ ਕੀ ਹਾਲ ਹੋਊ ਚਾਚੀ ਨੇ ਕਿਹਾ ਚੰਦਰਿਆ ਉਮਰ ਖਾਈ ਬੈਠਾ ਇਹ ਨਾ ਪਾਪ ਕਰ ਥੋੜੀ ਹੋਰ ਵੱਡੀ ਹੁੰਦੀ ਤਾਂ ਉਹ ਜਾਣੇ ਚਾਚੀ ਤੂੰ ਜਿਵੇਂ ਸੋਚਦੀ ਆ ਉਹ ਨੀ ਧੀ ਆ ਮੇਰੀ ਇਹ ਧੀ ਹਾਂ ਧੀ ਆ ਮੇਰੀ ਨਿੱਕਾ ਸਖਤ ਬੰਦਾ ਸੀ ਬੁਰਾਈ ਕੋਈ ਨੀ ਸੀ ਸਾਰੀ ਜ਼ਿੰਦਗੀ ਨਾ ਕੋਈ ਠੱਗੀ ਨਾ ਕੋਈ ਚੋਰੀ ਨਾ ਕੋਈ ਯਾਰੀ ਕੀਤਾ ਕੀ ਹੈ ਧਿੰਗੋ ਜ਼ੋਰੀ ਕੀਤੀ ਜ਼ੋਰ ਕੀਤਾ ਪਰ ਜਵਾਨੀ ਨੂੰ ਮਾੜਾ ਵੀ ਖਿਸਕਣ ਨਾ ਦਿੱਤਾ ਖਿਸਕਣ ਨਾ ਦਿੱਤਾ ਜਤੀ ਸੀ ਨੰਗੋਟੇ ਸੋਨੇ ਨਾਲ ਜੜਿਆ ਮੜਿਆ ਨੋਟਾਂ ਜੇਬਾਂ ਚ ਰਹਿੰਦੀਆਂ ਪਤਾ ਹੀ ਨੀ ਮਾਇਆ ਕਿੱਥੋਂ ਆ ਕੇ ਡਿੱਗੀ ਬੜਾ ਮੂਹਰੇ ਵਜੇ ਬੈਠਾ ਮੁੰਡੇ ਘੂਰਾ ਮਾਰ ਕੇ ਰੱਖਦਾ ਮੁੰਡਿਆ ਉਹ ਘੂਰਾ ਮਾਰ ਕੇ ਨਾ ਲੰਘੇ ਪੰਜ ਪਤਲਾ ਤਾਰੀਆਂ ਤਾਰੂਆਂ ਬ੍ਰੇਨ ਗਨ ਪਈਆ ਅੰਦਰ ਹੂੰ ਜੇ ਧਰ ਦੂੰ ਸਾਰਿਆਂ ਨੂੰ ਨਿੱਕਾ ਇਉਂ ਕਹਿੰਦਾ ਹੁਣ ਜਦ ਸੁੰਦਰੀ ਘਰੇ ਆ ਗਈ ਤਾਂ ਪਿੰਡ ਚ ਗੱਲਾਂ ਹੋਣ ਚੱਲਿਆ ਸੁੰਦਰੀ ਜਵਾਨ ਹੋ ਰਹੀ ਸੀ ਸੁੰਦਰੀ ਤਕੜੀ ਹੋ ਰਹੀ ਸੀ ਨਿੱਕੇ ਨੂੰ ਫਿਕਰ ਖਾਂਦਾ ਤੇ ਹੁਣ ਇਹ ਆਟਾ ਕਿਵੇਂ ਬਚਾ ਕੇ ਰੱਖਾਂ ਬਾਹਰ ਕੌਣ ਆ ਅੰਦਰ ਚੂਹੇ ਨਿੱਕਾ ਤੇ ਉਹਦੇ ਯਾਰ ਆਉਂਦੇ ਸ਼ਰਾਬ ਚੱਲਦੀ ਇਹ ਬਰ ਭਾਊ ਆ ਕੇ ਭਾਊ ਜਦ ਆਏ ਤਾਂ ਨਿੱਕੀ ਜਦ ਭਾਊ ਦਾਰੂ ਪੀ ਕੇ ਗਏ ਤਾਂ ਨਿੱਕੀ ਸੁੰਦਰੀ ਨੇ ਕਿਹਾ ਬਾਪੂ ਹਾਂ ਧੀ ਇਹੋ ਜਿਹੇ ਬੰਦੇ ਨਾ ਘਰੇ ਰਿਹਾ ਕਰ ਕਿਉਂ ਮੈਨੂੰ ਇਹਨਾਂ ਦੀਆਂ ਅੱਖਾਂ ਤੋਂ ਡਰ ਲੱਗ ਨਿੱਕਾ ਘਰੋਂ ਨਾ ਜਾਂਦਾ ਇੱਕ ਦਿਨ ਨਿੱਕੇ ਦੇ ਯਾਰ ਭਾਊ ਫੇਰ ਆ ਗਏ ਨਿੱਕੇ ਭਾਊ ਤੂੰ ਬੌੜਿਆ ਹੀ ਨੀ ਵੱਡੇ ਲੰਮੇ ਕਤਲੇ ਯਾਰ ਨੇ ਕਿਹਾ ਚਿੱਟੀ ਤੁਰਲੇ ਵਾਲੀ ਪੱਗ ਮੱਜੇ ਦੇ ਪਾਵੇ ਤੇ ਉਹਨੇ ਐ ਧਰਤੀ ਜਿਵੇਂ ਕਿਸੇ ਬੌਨੇ ਬੰਦੇ ਦੇ ਸਿਰ ਤੇ ਧਰ ਦਿੰਦੇ ਤੁਰਲਾ ਕਬੂਤਰ ਭਾਊ ਦਿਲ ਹੀ ਨੀ ਕੀਤਾ ਐਤਕੀ ਮੁੜ ਉਹੀ ਗੱਲਾਂ ਕਰਨ ਡਿਆ ਵਾ ਤੂੰ ਆਇਆ ਹੀ ਨੀ ਯਾਰ ਕੰਮ ਸਾਫ਼ ਕਰਨ ਹੀ ਆਈ ਤਾਂ ਵਿੱਢ ਵਿੱਢੀ ਹੀ ਉੱਥੇ ਬੜਾ ਭਾਊ ਫੇਰ ਕਹਿੰਦਾ ਬੜਾ ਭਾਊ ਜਦ ਹੱਥ ਘੁਮਾਉਂਦਾ ਉਹਦਾ ਹੱਥ ਐ ਸੀ ਜਿਵੇਂ ਮੁਰਗੇ ਦਾ ਇੱਕ ਫਰ ਘੁੰਮਦਾ ਹੋ ਐਡਾ ਚੌੜਾ ਹੱਥ ਚੌੜਾ ਗੂਠਾ ਗੂਠਾ ਮੂਹਰੇ ਵੱਢਿਆ ਹੋਇਆ ਚਾਰ ਉਂਗਲਾਂ ਹੱਥਾਂ ਦੀਆਂ ਵਿਆਈਆਂ ਵੀ ਦੇਖ ਲਈ ਜਦ ਉਹ ਅੱਧੀ ਕੱਟੀ ਦਾੜੀ ਤੇ ਹੱਥ ਫੇਰਦਾ ਇਉਂ ਲੱਗਦਾ ਜਿਵੇਂ ਇੱਟਾਂ ਤੇ ਬੁਰਸ਼ ਫਿਰਦਾ ਹੋਵੇ ਸਾਫ਼ ਕਰ ਛਰ ਛਰ ਦੀ ਆਵਾਜ਼ ਆਵੇ ਤੇ ਭਾਊ ਗੱਲ ਕਰ ਨਹੀਂ ਤੇ ਨਾਲੇ ਗੱਲ ਦੱਸ ਬੜਾ ਨਿੱਕਾ ਭਾਊ ਨਾ ਆਪਣਾ ਆਹ ਇਹ ਆਹਦਾ ਬਥੇਰੀ ਕਮਾਈ ਕਰ ਲਈ ਹੁਣ ਘਰ ਦਸਾਉਣਾ ਹੀ ਤੇ ਦਿਲ ਆ ਗਿਆ ਵਸਾ ਲੈਣਾ ਵੱਡੇ ਭਾਊ ਗੱਲ ਕਿਹੜੀ ਆ ਤੇ ਤੁਸੀਂ ਕਰੋ ਹਾਂ ਸਲਾਮ ਮੈਂ ਬਾਹਰ ਜਾਂਦਾ ਛੋਟਾ ਪਰਾਂ ਹੋ ਗਿਆ ਮੱਚਦੇ ਚੁੱਲ੍ਹੇ ਦੀ ਅੱਗ ਚ ਸੁੰਦਰੀ ਰੋਟੀਆਂ ਲਾਉਂਦੀ ਤੇ ਛੋਟਾ ਭਾਊ ਸੁੰਦਰੀ ਦੇ ਕੋਲ ਚ ਸੁੰਦਰੀ ਵੱਲ ਝਾਕ ਕੇ ਜਦ ਹੱਥ ਛੋਟੇ ਭਾਊ ਨੇ ਅੱਗੇ ਨੇ ਕੀਤਾ ਸੁੰਦਰੀ ਨੇ ਚੀਕ ਮਾਰੀ ਕੁੱਤੇ ਦੇ ਹੱਡਾ ਚੱਕ ਕੇ ਖੂੰਜਿਓ ਪਠਾਣੀ ਨਿੱਕੇ ਨੇ ਚੱਕ ਲੈ ਮੁੜ ਮਾਰ ਮਾਰ ਮੇਰੇ ਸੀਨੇ ਚ ਗੋਲੀ ਮਾਰ ਹਾਂ ਮੈਂ ਤਾਂ ਊਂ ਮਰਿਆ ਪਿਆ ਜਿੱਦ ਦਾ ਇੱਥੋਂ ਗਿਆ ਇਹਨੂੰ ਵੇਖ ਕੇ ਇਹ ਮੈਨੂੰ ਨਹੀਂ ਮਿਲਦੀ ਮੈਂ ਉਹੀ ਮਰ ਜਾਵਣਾ ਛੋਟਾ ਭਾਊ ਉੱਚੀ ਉੱਚੀ ਬੋਲਣ ਲੱਗਿਆ ਓਏ ਹੋਸ਼ ਕਰ ਨਾਲ ਖਾਧੀ ਪੀਤੀਆ ਧੀ ਹੈ ਮੇਰੀ ਨਿਕਾਸਿਆ ਇਸ ਤਰ੍ਹਾਂ ਨਾ ਕਰੀਆ ਭਾਬੀ ਤੀਵੀਆਂ ਇੱਧਰ ਉੱਧਰ ਕੀਤੀਆਂ ਪੈਸੇ ਖਾਤਰ ਤੂੰ ਕੀ ਕਰਨ ਡਿਆ ਵਾ ਦੱਸ ਕੀ ਲੈਣਾ ਤੂੰ ਇਹਦੇ ਤੋਂ ਉਹ ਪਰਾਂ ਹੱਡ ਪਾਊ ਮੈਂ ਤੁਹਾਨੂੰ ਹੁਣ ਇੱਕ ਵਾਰ ਕਹਿ ਦਿੱਤਾ ਇਹਨੂੰ ਲੈ ਕੇ ਇਹਨੂੰ ਤੁਰ ਜਾ ਨਹੀਂ ਤਾਂ ਮੇਰੇ ਤੋਂ ਮਾੜਾ ਕੋਈ ਨੀ ਆਪਾਂ ਇਕੱਠੀ ਖਾਧੀ ਪੀਤੀਆ 20 ਸਾਲ ਹੋਵੇ ਤਾਹੀ ਤਾਂ ਕਹਿਣ ਡਿਆ ਵਾ ਰੌਲਾ ਕੀ ਆ ਦੱਸਾਂ ਕੀ ਲੈਣਾ ਇਹਦਾ ਹੋ ਜਾ ਬਾਹਰ ਨਿਕਲੋ ਦੋਨੇ ਭਾਊ ਨਿੱਕੇ ਨੇ ਦੋਸਤੇ ਨਿੱਕਾ ਸੁੱਤਾ ਨਾ ਰਹਾ ਨਿੱਕੇ ਨੇ ਲੱਗ ਗਿਆ ਵੀ ਹੁਣ ਗੱਲ ਖਰਾ ਗੱਭਰੂਆਂ ਦੀ ਢਾਣੀ ਚ ਸੁੰਦਰੀ ਦੇ ਰੂਪ ਦੀਆਂ ਗੱਲਾਂ ਹੋਣ ਲੱਗੀ ਸੁੰਦਰੀ ਕਿਹੜਾ ਨਿੱਕੇ ਦੀ ਧੀ ਹੈ ਮੈਂ ਸੁਣਿਆ ਹੱਲੇ ਗੁੱਲੇ ਚੋਂ ਲਿਆਂਦੀ ਆ ਫਿਰ ਤਾਂ ਮੁਸਲੀ ਹੈ ਫਿਰ ਸਾਡੀ ਕੀ ਲੱਗਦੀ ਹੈ ਸਾਡੀ ਤਾਂ ਕੁਛ ਨੀ ਲੱਗਦੀ ਪਰ ਬੁੜੇ ਨੇ ਖੂੰਜ ਕੇ ਧਰ ਦੇਣਾ ਜੇ ਉਹਨੂੰ ਪਤਾ ਲੱਗਿਆ ਗੇੜਾ ਦਿੱਤਾ ਬੁੜੇ ਸਾਡੇ ਵਾਲੇ ਵੀ ਚੂਕਣੇ ਚ ਮਾਰਨਗੇ ਲੜਾਈ ਨੂੰ ਕਾਠੇ ਬਹੁਤ ਹੈ ਸਾਡੇ ਵਾਲੇ ਤਾਂ ਹਾਡੇ ਬਹੁਤ ਮੋਟਾ ਲੱਕ ਦਾ ਮੈਨੂੰ ਤਾਂ ਡਰ ਲੱਗਦਾ ਪਤਰੂ ਸਵੇਰੇ ਸਵੇਰੇ ਖੂਹ ਤੋਂ ਆਇਆ ਸੀ
ਚਾਹ ਨੇ ਹਲੇ ਗੇੜਾ ਨਹੀਂ ਸੀ ਦਿੱਤਾ। ਰਾਤ ਦੀ ਲੜਾਈ ਦੀ ਗੱਲ ਸੁਣ ਕੇ ਨਿਕਲ ਰਾਤ ਕੀ ਹੋਇਆ ਤੁਹਾਡੇ ਵੱਲ? ਕੁਛ ਨੇ ਦਾਰੂ ਬਾਲੀ ਹੋ ਗਈ। ਦਾਰੂ ਦਾਰੂ ਨੀ, ਕੋਈ ਗੱਲ ਹੋਰ ਸੀ। ਉਹ ਚੰਗਾ ਜਾ ਓਏ, ਤੁਰਦਾ ਬਣਾ ਇੰਨੀ ਗੱਲ ਕੀਤੀ। ਆਤਰੂ ਨੇ ਗਾਹਾਂ ਜਾ ਕੇ ਚੇਤ ਨਾਲ ਗੱਲ ਕੀਤੀ। ਚੇਸਿਆ ਆਹ ਨੰਗ ਸਾਲਾ ਹੁਣ ਗੱਲ ਵੀ ਨੀ ਸਾਡੀ ਸੁਣਦਾ। ਜਰਾਨ ਕਰ ਅਤਰੂ ਸਿਆ, ਭੇਡਾਂ ਦੇ ਬੱਚੇ ਦੀ ਜਵਾਨੀ ਚਾਰ ਦਿਨ ਦਿੰਦੀ, ਇਹ ਵੀ ਗਿਆ ਵੈ ਕਿਸੇ ਦਿਨ। ਮੈਂ ਸੁਣਿਆ ਕਿਸੇ ਮੁਸਲਮਾਨ ਦੀ ਧੀ ਘਰੇ ਰੱਖੀ ਬੈਠਾ, ਮੁਸਲਮਾਨਣੀਆਂ ਹੁੰਦੀਆਂ ਵੀ ਸੁਨੱਖੀਆਂ। ਅਤਰੂ ਨੇ ਸਾਹ ਲਿਆ। ਮੈਨੂੰ ਇਹ ਸ਼ੱਕ ਆ, ਰਾਤ ਜਿਹੜੇ ਬੰਦੇ ਆਏ ਸੀ ਉਹ ਇਹ ਕੁੜੀ ਦਾ ਦਾਰਾ ਰਿਸ਼ਤਾ ਮੰਗਦੇ ਸੀ। ਅਲਾ ਫੇਰ ਫੇਰ ਤਾਂ ਰੌਲਾ ਖਾਸਾ ਪਿਆ ਇਹਨਾਂ ਦਾ। ਪਰ ਇਹ ਸਾਲਾ ਖਾਂਦਾ ਕੀ ਆ? ਰਸਾਲਦਾਰ ਦੇ ਘੋੜੇ ਵਾਂਗੂ ਤੁਰਦਾ, ਉਹ ਦਾਖ ਮਨਾਕਾਂ ਜੁਆਰੇ ਤੇ ਬਦਾਮ ਖਾਂਦਾ ਸਾਲਾ, ਜੇਬ ਭਰੀ ਰਹਿੰਦੀ ਆ ਇਹਦੀ। ਹੁਣ ਜੇਬ ਨੂੰ ਪਈਏ ਇਹਦੇ ਕਿਸੇ ਦਿਨ? ਉਹ ਜੇਬ ਨੂੰ ਕੀ ਪੈਣਾ, ਰਾਫਲ ਵੀ ਰੱਖਦਾ ਅੰਦਰ। ਉਦਣ ਸਿਉਨੇ ਚ ਘੇਰਿਆ ਸੀ ਸਾਲਾ, ਸਿਉਨੇ ਚ ਵੀ ਪਾਸ ਹੋ ਗਿਆ, ਕਰੀਏ ਕੀ ਇਹਦਾ? ਉਧਰ ਨਿੱਕੇ ਨੂੰ ਚੈਨ ਨਾ। ਨਿੱਕੇ ਨੇ ਇੱਕ ਦਿਨ ਦਿਨ ਚੜ੍ਹਦੇ ਕਿਹਾ, ਧੀਏ ਮੈਨੂੰ ਜਾਣਾ ਪੈਣਾ, ਮੈਂ ਹੁਣੇ ਆਇਆ। ਹੱਥ ਨੇ ਮੁੜਿਆ, ਪੰਜ ਕੋ ਬਾਟ ਨਿੱਕੇ ਨੇ ਪੈਰਾਂ ਦੇ ਵਿੱਚ ਪਤਾ ਹੀ ਨੀ ਕਿਵੇਂ ਖੜਤੀ ਬੁੱਕਣ ਸਿੰਘ ਸਰਦਾਰ ਦੀ ਹਵੇਲੀ ਦੇ ਵਿੱਚ ਰਹੀ। ਪੁਰਾਣੀਆਂ ਕੰਧਾਂ ਅਸਲੀ ਘੇਰਾ, ਕਿਲੇ ਅੰਦਰ ਵਸਦਾ ਬੁੱਕਣ ਸਿੰਘ, ਇਲਾਕੇ ਦੀ ਬੱਡੀ ਹੈ ਸੀ। ਬੁੱਕਣ ਦੇ ਚਾਰ ਹੋਰ ਭਾਈ ਉਹ ਵੀ ਕਿਲੇ ਅੰਦਰ, ਵੱਖ ਵੱਖ ਘਰ ਸੀ ਕਿਲੇ ਦੇ ਬਾਹਰ। ਖੇਤੀ ਵੱਡੀ, ਏਕਾ ਬਹੁਤ, ਹਜ਼ਾਰ ਕੀਲੇ ਦੀ ਖੇਤੀ, ਤਾਸ਼ ਖੇਡਦੇ, ਸ਼ਿਕਾਰ ਤੇ ਚੜ੍ਹਦੇ, ਦਾਰੂ ਮਾਸ ਰਹਿੰਦੇ। ਬੁੱਕਣ ਸਿੰਘ ਸਾਰੇ ਤੋਂ ਛੋਟਾ, ਘਰ ਦਾ ਲਾਡਲਾ ਸੀ। ਕਈ ਵਾਰ ਬਾਹਰ ਲਿਆ ਖੇਤਾਂ ਚ ਡੇਰੇ ਲਾਦੇ, ਦਸ ਦਿਨ ਆਉਂਦੇ ਹੀ। ਨਿੱਕੇ ਨੂੰ ਸਾਰੇ ਜਾਣਦੇ ਸੀ ਭਾਈ, ਨੌਕਰ ਵੀ ਜਾਣਦੇ ਸੀ। ਬੁੱਕਣ ਸਿੰਘ ਦੇ ਖਾਸ ਨੌਕਰ ਸੀ, ਕਿਉਂਕਿ ਨਿੱਕਾ ਬੁੱਕਣ ਸਿੰਘ ਉਹਨੂੰ ਸੇਵਾ ਕਰਦਾ। ਸੋਹਣੀਆਂ ਸੁਣੀਆਂ ਜਨਾਨੀਆਂ ਨਿੱਕਾ ਆ ਕੇ ਪੇਸ਼ ਕਰ। ਸਤਿ ਸ੍ਰੀ ਅਕਾਲ ਸਰਦਾਰ ਜੀ, ਘਰੇ ਨੇ? ਨਿੱਕੇ ਨੇ ਪੁੱਛਿਆ। ਸਰਦਾਰ ਬਹਾਦਰ ਤਾਂ ਸ਼ਿਕਾਰ ਤੇ ਗਏ ਹੋਏ ਨੇ, ਚਾਰ ਦਿਨ ਹੋ ਗਏ, ਅੱਜ ਮੁੜ ਕੇ ਆਉਣ ਦੀ ਆਸ ਹੈ। ਬਹੁਤ ਸਾਰਾ ਬਲੀ ਬੁਰੀ ਕੁੱਤੇ ਨੇ ਦਹਾੜ ਮਾਰੀ ਆ ਕੇ ਉਹਨੇ ਬੜੇ ਆ ਕੇ ਨਿੱਕੇ ਦੀ ਜੁੱਤੀ ਸੁੰਘੀ, ਜੁੱਤੀ ਸੁੰਘਣ ਤੋਂ ਬਾਅਦ ਪਲੰਘ ਥੱਲੇ ਪੜ ਗਿਆ। ਉਹਨੂੰ ਪਤਾ ਲੱਗ ਗਿਆ ਘਰ ਪ੍ਰਸ਼ਾਦਾ ਤਿਆਰ ਆ, ਪ੍ਰਸ਼ਾਦੇ ਦੀ ਲੋੜ ਨੀ, ਦੁੱਧ ਪੀਣਾ। ਪ੍ਰਸ਼ਾਦ ਮੇ ਢਲਦਿਆਂ ਤੱਕ ਪਹੁੰਚ ਜਾਣਾ, ਸਰਦਾਰ ਨੇ ਆਰਾਮ ਕਰੋ। ਸੇਰ ਪੱਕਾ ਦੁੱਧ ਪੀ ਕੇ ਨਿੱਕਾ ਬੜੇ ਪਲੰਘ ਤੇ ਪੈ ਗਿਆ। ਬੜੇ ਪਲੰਘ ਤੇ ਮੇਚ ਨਾ ਆਇਆ, ਪਲੰਘ ਬੜਾ ਸੀ, ਨਿੱਕਾ ਛੋਟਾ ਸੀ, ਇਉਂ ਲੱਗੇ ਜਿਵੇਂ ਜਵਾਕ ਕਿਸੇ ਘੂੜੇ ਚ ਖੇਲਦਾ ਹੁੰਦਾ। ਬੁਲਬੁਲੀ ਕੁੱਤੇ ਨੇ ਹੱਥ ਨੇ ਕਿਹਾ, ਨਿੱਕਾ ਤਰਾਹ ਟੁੱਟ। ਸਰਦਾਰ ਜੀ ਆ ਗਏ, ਹੁਣ ਨੀ ਉਮੀਦ ਹੈ, ਤੁਸੀਂ ਇਸ਼ਨਾਨ ਕਰੋ, ਪਾਣੀ ਗਰਮ ਹੋਇਆ ਤਾਂ ਪ੍ਰਸ਼ਾਦਾ ਛੱਕ ਕੇ ਸੌਂ ਜਾਓ ਸਵੇਰੇ। ਪਰ ਮੈਂ ਤਾਂ ਘਰੇ ਮੁੜਨਾ, ਸਵੇਰੇ ਮੁੜ ਜਾਓ, ਐਡੀ ਕੀ ਕਾਹਲ ਹੈ ਨਾ, ਘਰੇ ਜਾਣਾ ਮੇਰਾ ਜ਼ਰੂਰੀ ਹੈ। ਤਾਂ ਤੁਹਾਡੀ ਮਰਜ਼ੀ, ਮੈਂ ਤੱਤਾ ਦੁੱਧ ਲਿਆਉਣਾ, ਮੈਨੂੰ ਪਿੰਡ ਪੁੱਜਦਾ ਕਰੋ, ਹੁਣੇ ਕਰਦੇ ਆ। ਘੋੜਾ ਲੈ ਜਾਓਗੇ ਤੁਸੀਂ? ਨਾ ਘੋੜਾ ਨੀ, ਬਲੀ ਘੋੜੇ ਦੇ ਮੇਤੇ ਨੀ ਚੜ੍ਹਾਉਣਾ। ਸਵਾਰ ਨੂੰ ਹਾਕ ਮਾਰੀ, ਕਾਲਾ ਘੋੜਾ ਪਿੱਠ ਕਰ, ਘੋੜਾ ਸੰਭਾ ਸੰਭਲ ਨਹੀਂ। ਪਿਸ਼ਾਬ ਦੀਆਂ ਧਾਰਾਂ ਮਾਰਦਾ, ਮੂਰਲਾ ਸੁੰਬ ਚੱਕ ਚੱਕ ਕੇ ਧਰਤੀ ਤੇ ਮਾਰਦਾ, ਤੇ ਸਵਾਰ ਨੇ ਕਾਠੀ ਲਾ ਕੇ ਉੱਪਰ ਗਦੈਲਾ ਫਿੱਟ ਕਰ। ਗਦੈਲੇ ਦੇ ਮੂਹਰੇ ਜਿੱਥੇ ਹੰਨਾ ਸੀ ਉੱਥੇ ਇਕੱਠਾ ਕਰਕੇ ਗਦੈਲਾ ਦੇਤਾ। ਨਿੱਕਾ ਚਾੜ ਲਿਆ ਮੂਹਰਲੇ ਪਾਸੇ, ਸਵਾਰ ਪਿਛਲੇ ਪਾਸੇ। ਘੋੜੇ ਨੇ ਗੰਢਾ ਦੇ ਪੰਜ ਕੋ ਬਾਟ ਕਦ ਨਿੱਕੇ ਦੇ ਪਿੰਡ ਆ ਗਈ। ਪਿੰਡ ਦੇ ਆਲੇ ਦੁਆਲੇ ਦੀ ਕਾਲੇ ਘੋੜੇ ਨੇ ਜਦ ਗੇੜਾ ਦਿੱਤਾ, ਪਿੰਡ ਦੇ ਲੋਕ ਨਿਕਲਿਆ, ਕਹਿੰਦੇ ਦਿਓ ਆ ਗਿਆ, ਦਿਓ ਆ ਗਿਆ। ਓਏ ਇਹ ਜਾ ਘੋੜਾ, ਇਹਦੀਆਂ ਚੜਾ ਪਤਾਲ ਚ ਹੈ, ਇਹਨੂੰ ਨਾ ਛੇੜ ਲਓ, ਸ਼ੇਰ ਦੀ ਪੂਛ ਹੈ, ਪਿੰਡ ਨੂੰ ਨਾ ਕਿਸੇ ਕਹਾਣੀ ਚ ਲਪੇੜ ਲਵੇ। ਪੱਲਾ 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 ਪੱਲਾ, ਇਹ ਗਰਜੀ ਕਾਹਦਾ ਹੈ? ਕਿਆ ਤੁਰ ਕੇ ਆਇਆ ਘੋੜੇ ਤੇ? ਇਹਦਾ ਬਹੁਤ ਵੱਡਾ ਕੰਮ ਹੈ, ਇਹ ਤੋਂ ਉੱਪਰ ਆ ਰਹੇ ਹੋ। ਗੱਲਾਂ ਕਰਨ ਲੱਗ ਗਏ, ਨਿੱਕਾ ਘਰੇ ਆ ਗਿਆ। ਅਗਲੇ ਦਿਨ ਸੂਰਜ ਡੁੱਬਣ ਤੋਂ ਪਹਿਲਾਂ ਸਰਦਾਰ ਬੁੱਕਣ ਸਿੰਘ ਸ਼ਿਕਾਰ ਤੋਂ ਆ ਗਏ। ਘੋੜਿਆਂ ਦੀ ਹਿਣਹਿਣਾਰ ਨੇ ਕਿਲੇ ਦੀਆਂ ਕੰਧਾਂ ਗੂੰਜਾਂ ਲਾ ਦੀਆਂ। ਘੋੜੇ ਪਿਛਲੇ ਲੱਤਾਂ ਤੇ ਖੜਦੇ, ਭੁਚਾਲ ਆ ਗਿਆ। ਕੁੱਤੇ ਜੇਤੂਆਂ ਨੂੰ ਛਾਲਾਂ ਮਾਰਦੇ, ਖਰਗੋਸ਼ ਹਿਰਨ ਰੋਜ਼ ਮਾਰ ਕੇ ਇੱਕ ਗੱਡਾ ਭਰਿਆ ਸੀ। ਤਿੱਤਰ ਬਟੇਰ ਬਰਾਬਰ ਟੰਗੇ ਹੋਏ। ਸਰਦਾਰ ਬਹਾਦਰ ਬੁੱਕਣ ਸਿੰਘ ਛਾਤੀ ਤੌੜੀ ਚੌੜੀ ਕਰਕੇ ਮਸਾਂ ਤੁਰਦਾ, ਧੂਮਾਂ ਭੋਥਾ ਧਰਤੀ ਸੁੰਬਰਦਾ, ਲੰਮੀਆਂ ਮੁੱਛਾਂ ਬਿੱਲੀ ਦੀ ਪੂਛ ਨੂੰ ਚੱਕਦੇ, ਹਜੇ ਵੀ ਮਨੁੱਖ ਮੋਢੇ ਦੇ ਤਰੀ ਉੱਚਾ ਹੋ ਕੇ ਤੁਰਦਾ, ਕਿਉਂਕਿ ਗੱਡਾ ਭਰਿਆ ਹੈ ਸ਼ਿਕਾਰ ਦਾ। ਜਾਂ ਬੋਲਦਾ ਆਵਾਜ਼ ਆਉਂਦੀ, ਕਹਿੰਦੇ ਬੰਦਾ ਹੈ, ਪਤਾ ਨੀ ਬਈ ਕੋਈ ਸੁਨੇਹਾ। ਬੁੱਕਣ ਸਿੰਘ ਨੇ ਕਿਹਾ, ਨਿੱਕਾ ਆਇਆ ਸੀ, ਚਲਾ ਗਿਆ, ਕਿਉਂ? ਕਾਲ ਸੀ, ਜਾਣ ਕਿਉਂ ਦਿੱਤਾ?
मैं रोकया वा कुत्थे गया हादा तैनू पता नहीं मुकण ने घोड़े खड़ो मसा मुड़ हुणे तैयार हो गया है तो वेले घरों नहीं जाईदा सवेरे चले जाए दस बार भी ने आके पत्तियां जड़ियां मूह ते ठक ठक नक का कोका सैनता मारदा रिश्तेदार अंदर भड़कना दे वाले जो बंदे बालियां दे लंबी तां सरदार ने शिकार वाल देखिया जिवें सरदार नी जिहड़ा हैरनी बंदूक मुड़ चंग कपड़े तार ते सरदार बहादुर दे गुस्से दियां तैयारियां होणगियां सरदार जी ने थकियां गर्दन नूं कूड़ियां कूड़ियां उंगल दे नाल गर्दन दियां तणियां खोल किले अंदर चौंके रिज गए तत्तर बटेर भुन्ने हिरन बनिया खगर खरगोश बने बनाए तंदूर च निकले सरदार कुछ चो निकलिया गर्म पानी ने नाड़ा खोल दिया सरदारनी ने अंगूरा ते बकरे नाल पशीती भी शराब का एक पैग दिता मुकण सैने दर काफी देर बाद मुकण ने खास नब जेटा आवाज दी ओए तू निके की सेवा की थी कि नहीं अजे भी निका याद है सरदारनी ने आए गए बंदे का ख्याल रखना चाहिए सरदारनी की रात सी सरदारनी का राज शुरू हो गया सरदार घोड़े वाग चुप कर दिया आवाज कदे कदे घर आलिया सार लगी जाती है आपे बुक सवेरे भू कर दी जीप निके दे दरा मूहरे पतले जे ड्राइवर ना चौड़ा होया बुकण से बैठा चिट्ठे ताते चो लंबिया मुछा अखा छूदिया रिवालवर की पेटी कारतूस चौड़ी छाती से झात झात करते बगैर छत दे जीपां दी पिछलियां सीटां ते पंज बंदे बैठे बंदिया ते उची रफलां दियां ते बंदूक दियां नालियां दिखण उपर दी पटे पाए पिंड कहिंदा खरगो पटती ओ मर जांगे ओए आ की आ गया दरां तों बाहर देखते इन्नियां रफलां पट्ठियां सरदार ने मुंडे नूं पता करगा हांजी निक्का पता करे नी फिर अंदर जाण दी जरूरत नहीं जरूरत है अंदर तां जाण दी सुना जी सरदार जीप चो उतरिया जीप ने कह के सीधी जी जीप होई मसा निका सिया बुकण की कड़कमी आवाज उच्चिया छत्तां नाल कड़ियां नाल टकराई पुराने खड़ा चो मिट्टी गिर गई सरदार लंबिया पलांघा भरदा अंदर बड़िया आ बई बाहर यारा ओ था घरे नी सरदार ने सस्ती आवाज दे एह जी उमर सरदार सीधा झक कुड़िए बाहर आके वेख कौन आया थोड़े घरे कुड़िए बाहर आके माण कर पिस्ते ने फेर गया कुड़ी बाहर आई रुकण से उन्हें एह जी कदे रूह नहीं सी वेखी कुड़िए पानी का घुट पला सवार उड़ा पानी लेके आई पानी निका कदों आऊगा ये पता नहीं वैसे हथ ने आवागे कहीं घरे सरदार बुकण सिंह बाहर निकल गया ठेडा खा गया सीधे का सीधा बोर्ड के टाने फौड़ दे के दरवाजे डिगया पग चार करमा अगे गोडे छिल गए रिवालवर की हत्थी ते कारतूस पोले ढिड च बढ़ गए सुंदरी बहुत उच्ची ती रह गया ज्यादा उच्ची रह गया सी ए सरदार ने पिछे नूं आख्या जिवें नैणा देव नूं जांदा साह डंडौत करदा पिछे पिंड वाले नूं देखदा वी नाल आउंदे ने कि नहीं कुड़िए ख्याल करी जाके दस्तार रख सरदार के सिर पर भज के सुंदरी ने जाके दस्तार दारू गड्डी च मेहंदी सर जी दारू की बोतल खड़ होए एक ने पिछों जिहड़ा पूरा कायम होया सी कहिंदा सरदार जी पेशाब बहुत गुणकारी हुंदा सालिया पिंड च खड़के गोडियां ते किवें बूतां बोतल फड़ा ओए गोडे चक के दोने छिले बोतल अधिया ढेरी दा बुकण सिंह ने गोडिया देखा बहुत बली आ बई सरदार सरदार बुकण सिंह निके दियां जड़ां पताल च ने पाई पिंड च फिर गल्लां कमाल हो बुकण सिंह आप आया शाम ढल गई घूं करके जीप नहीं आई दरवाजे अगे हिणकदे घोड़े आ गए आवाजां सुनाई दित्तियां निका घरे सी निके दियां अखां च लिया गईयां सामने पुलिस खड़ी निका तेरा नाम आवे थानेदार ने पुछा हां जी हथ कड़ी लाओ क्यों क्यों दा जवाब थाने लवांगे जाके कुड़ी ने चीक मारी बापू पुलिस लग लगी कुड़ी वल तकती रह गई कोई ना धीए कुछ नहीं होने लग्या आथन तक आया मैं क्या मेले चलिया आथन नूं आएगा पहला थाने तो चल थानेदार डरा ना तैनू नहीं पता मेरा जोड़ देखदिया जोड़ तुरे जांदे नूं रोक रौला लै वी लै गए बस
ਹੁਣ ਗਏ ਬਸ ਹੁਣ ਨੀ ਬਚਦਾ ਹੁਣ ਨੀ ਆਉਂਦਾ। ਜਵਾਨ ਮੁੰਡੇ ਪਿੰਡ ਦੇ ਮੁੰਡਿਆਂ ਨੇ ਕਿਹਾ ਅੱਜ ਸੁੰਦਰੀ ਰਾਤ ਨੂੰ ਕੱਲੀ ਦਿਨ ਛੋਟਾ ਹੀ ਬਾਕੀ ਸੀ ਨਿੱਕੇ ਦੇ ਦਰ ਦੀ ਘੂੰ ਘੂੰ ਤੋਂ ਹਲੇ ਤੁਰੀ ਸੀ ਸਰਦਾਰ ਬੁੱਕਰ ਸਿੰਘ ਦੀ ਜੀਪ ਖੜੀ ਹੋ ਗਿਆ ਇੱਕ ਆਸਿਆ ਦਾਰ ਖੋਲ ਬੁੱਕਰ ਸਿੰਘ ਰੰਗ ਉਂਗਲ ਜਾ ਦਰਵਾਜੇ ਪਖੜਾ ਰਿਵਾਲਵਰ ਦੀ ਪੇਟੀ ਹੇਠਾਂ ਹੱਥ ਫੇਰਦਾ ਹੀ ਕਾਹਲਾ ਸੀ ਅੰਦਰ ਜਾ ਸੁੰਦਰੀ ਨੇ ਦਰਵਾਜਾ ਖੋਲਿਆ ਕੀ ਗੱਲ ਰੋਣੀ ਹੈ ਬਾਪੂ ਨੂੰ ਪੁਲਿਸ ਫੜ ਕੇ ਲੈ ਗਈ ਕਦੋਂ ਤੂੰ ਰੋਣੀ ਕਿਉਂ ਆ ਕਮਲੀ ਮੈਂ ਲਿਆਉਣਾ ਛੁਡਾ ਕੇ ਹੁਣੇ ਪੁਲਿਸ ਦੀ ਐਸੀ ਤੈਸੀ ਤੇਰੇ ਬਾਪੂ ਨੂੰ ਪੈਸੇ ਕੋਲ ਛੁਡਾ ਲਿਆਉਂਗੇ ਨਾ ਹੁਣੇ ਗਏ ਤੇ ਹੁਣੇ ਲਿਆ ਪਾਣੀ ਦਾ ਘੁੱਟ ਪਿਆ ਤੂੰ ਸੁੰਦਰੀ ਭੱਜ ਕੇ ਪਾਣੀ ਦਾ ਗਲਾਸ ਇੱਕ ਗਲਾਸ ਹੋਰ ਲਿਆ ਉਹ ਮੁੰਡਿਆ ਰਿਸ਼ਤਾ ਸਮਝ ਗਿਆ ਉਹ ਸ਼ਰਾਬ ਦੀ ਬੋਤਲ ਲੈ ਗਿਆ ਜਾਂ ਕੁੜੀ ਵਾਸਤੇ ਸਰੂਰ ਤੇ ਮਿਠਾਈਆਂ ਦੇ ਝੋਲੇ ਡੱਬੇ ਉੱਥੋਂ ਅੰਦਰ ਪੰਜ ਸੱਤ ਮਿਠਾਈਆਂ ਦੇ ਝੋਲੇ ਦੇ ਨਾਲ ਫਰੂਟਾਂ ਦੇ ਵੱਡੇ ਵੱਡੇ ਡੱਬੇ ਚੱਕੀ ਆਉਣ ਪੰਜੇ ਜਿਹੜੇ ਨਾਲ ਰਫਲਾਂ ਨੇ ਉਹਨਾਂ ਨੇ ਰਫਲਾਂ ਮੋਢੇ ਚ ਪਾ ਲੀਆਂ ਤੁਰੇ ਆਉਂਦੇ ਤੋਂ ਰਫਲਾਂ ਉੱਚੀ ਹੱਥ ਦੇ ਵਿੱਚ ਉਹਨਾਂ ਦੇ ਡੱਬੇ ਜੁੱਤੀ ਚਰਕਾਂ ਮਾਰੇ ਧਾਰੀ ਸਰੀਰ ਚਰ ਚਰ ਹੁੰਦੀ ਜਾਵੇ ਲੋਕ ਖਾਣੇ ਲੈ ਪਈ ਫੇਰ ਆ ਗਿਆ ਗੱਲਾਂ ਕਰਦੇ ਕਰਦੇ ਲੈ ਪਹਿਲਾਂ ਤੇਰੇ ਬਾਪੂ ਨੂੰ ਲਿਆ ਗੱਡੀਆਂ ਜੀਪਾਂ ਉੱਥੋਂ ਤੁਰ ਗਈਆਂ ਜਨ ਨੂੰ ਠਾਣੇ ਗਏ ਤੇ ਠਾਣੇ ਨੂੰ ਮੁਨਸ਼ੀ ਨਿੱਕੇ ਨੂੰ ਘੇਰੀ ਖੜੇ ਤੇਰਾ ਨਾਂ ਕੀ ਆ ਭੈਣ ਗਾਲ ਕੱਢ ਕੇ ਕਹਿੰਦਾ ਨਿੱਕਾ ਸਿਉਂ ਪਿਓ ਦਾ ਨਾਂ ਛੋਟਾ ਸਿਉਂ ਸਖਣਾ ਮਧਰੇ ਭੈਣ ਲੰਬੇ ਦੀ ਹਾਂ ਠੇਕਾ ਲਿਆ ਹੋਇਆ ਤੇਰਾ ਲੰਮੇ ਨਾ ਹੋਣ ਦਾ ਨਾਂ ਨਿੱਕਾ ਸਿਉਂ ਪਿਓ ਕੰਜਰ ਛੋਟਾ ਸਿਉਂ ਪਿੰਡ ਮਧਰਾ ਇਹਨੂੰ ਸ਼ੁਆਰਾ ਧਰਨ ਨੂੰ ਅੰਦਰ ਠੋਕੋ ਰਾਤ ਨੂੰ ਵੇਖਾਂਗੇ ਭਾਊਆਂ ਨੇ ਸਲਾਹ ਦਿੱਤੀ ਸੀ ਦਿੱਤੀ ਤਾਂ ਸੀ ਭਾਊਆਂ ਨੇ ਵੀ ਨਿੱਕੇ ਨੂੰ ਅੰਦਰ ਕਰਕੇ ਰਾਤ ਨੂੰ ਸੁੰਦਰੀ ਚੱਕ ਲੈ ਕਿੰਨੇ ਅੰਦਰ ਰੱਖਣਾ ਸੱਤ ਦਿਨ ਤੇ ਨੋਟ ਸੱਤ ਭਾਊ ਨੇ ਪਰਾਂ ਅਰਥਲੇ ਚ ਸੱਤ ਨੋਟ ਫੜਾ ਤੇ ਨਿੱਕੇ ਨੇ ਦੇਖ ਲਵੇ ਭਾਊ ਦਾ ਕੰਮ ਬਸ ਆਪਾਂ ਤਾਂ ਅੱਜ ਦੀ ਰਾਤ ਚਾਹੀਦੀ ਹੈ ਛੋਟੇ ਭਾਊ ਨੇ ਕਿਹਾ ਸ਼ਹਿਰ ਤੋਂ ਬਾਹਰ ਆ ਰਹੀ ਦੁਕਾਨ ਤੇ ਦੋ ਊਠ ਉਡੀਕਦੇ ਸੀ ਭਾਊਆਂ ਦੇ ਊਠਾਂ ਵਾਲਾ ਬੰਦਾ ਫੀਮ ਚ ਸੀ ਨਸਵਾਰ ਦੀ ਚੂੰਡੀ ਭਰਦਾ ਅਮਲੀਆ ਕੋਲ ਖਾਣਾ ਹੀ ਨਸ਼ਾ ਤਾਂ ਭਾਊ ਬਹੁਤ ਚਿਰ ਦਾ ਦਿੱਤਾ ਚੱਕ ਹਾਂ ਫਿਰ ਪਿਸ਼ੌਰ ਦੇ ਕੱਚ ਅਰਗੀ ਜੇਬ ਦੇ ਵਿੱਚ ਭਾਊ ਨੇ ਚਾਂਦੀ ਦੀ ਡੱਬੀ ਕੱਢੀ ਤੇ ਅਮਲੀ ਨੂੰ ਜਦ ਦਿੱਤੀ ਅਮਲੀ ਨੇ ਬਾਂਗਾਂ ਵਾਂਗੂ ਉੱਕਣ ਵਾਂਗੂ ਬਾਂਗ ਦਿੱਤੀ ਲੈ ਕਹਿੰਦਾ ਹੁਣ ਫਿਰ ਊਠ ਕੀ ਊਠ ਤੋਂ ਮੈਂ ਮੂਹਰੇ ਜਾ ਦੋਨੇ ਭਾਊਆਂ ਨੇ ਊਠ ਤੇ ਸਵਾਰੀ ਕਰਤੀ ਬੁੱਕਲ ਸਿੰਘ ਦੀ ਜੀਪ ਸੀ ਆਈ ਡੀ ਦਾ ਸਟਾਫ ਚਾ ਕੇ ਜੀਪ ਤੋਂ ਉਤਰਿਆ ਸੂਰਤਾਂ ਕਿੱਥੇ ਹੈ ਤੁਸੀਂ ਕੌਣ ਬੁੱਕਣ ਸਿਓ ਉਹਦਾ ਸ਼ਹਿਰ ਗਿਆ ਕਦੋਂ ਮੁੜੂਗਾ ਦੱਸ ਕੇ ਨਹੀਂ ਗਿਆ ਸਾਡਾ ਬੰਦਾ ਫੜ ਕੇ ਲਿਆਇਓ ਕਿਹੜੇ ਪਿੰਡ ਦਾ ਮਧਰੇ ਦਾ ਉਹਦਾ ਬਹੁਤ ਖਰਾਬ ਬੰਦਾ ਮੈਂ ਕੀ ਤੈਨੂੰ ਪੁੱਛਿਆ ਹਾਂਜੀ ਲਿਆਂਦਾ ਕਸੂਰ ਕੀ ਹੈ ਉਹ ਤੇ ਅਸਲੇ ਦੀ ਡੈਰੀ ਹੈ ਬੰਦਾ ਬਾਹਰ ਕੱਢ ਹੋਏ ਮੈਂ 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 ਜੀ ਸਾਲਾ ਮੈਂ ਦਾ ਕੁੱਤੀ ਯਾਦ ਬਿਠਾ ਲਓ ਨਾਮ ਚਾ ਕਿੱਥੇ ਆ ਬੁੱਕਣ ਸਿਓ ਨੇ ਫੇਰ ਸਾਹ ਲਿਆ ਕਹਿੰਦੇ ਬੰਦਾ ਹੈ ਨਿੱਕੇ ਨੂੰ ਬਾਹਰ ਲਿਆਓ ਬਾਈ ਕਲਰਕ ਨੇ ਕਿਹਾ ਪਿੱਛੋਂ ਜਾ ਕੇ ਮੁਨਸ਼ੀ ਨੂੰ ਕੰਨ ਚ ਪਿਸਤ ਨੇ ਕਿਹਾ ਬੁੱਕਣ ਸਿਓ ਆਇਆ ਹੈ ਨਿੱਕਾ ਅੰਦਰੋਂ ਕੱਢ ਲਿਆਂਦਾ ਸਾਡੇ ਹੁੰਦੇ ਤੈਨੂੰ ਧੱਤੀ ਪਾ ਲੱਗ ਜਾ ਲਾਣਤ ਸਾਡੇ ਵੱਲ ਐਵੇਂ ਹੌਲਦਾਰਾ ਬੰਦਾ ਤੇਰੇ ਕੋਲ ਬੈਠਾ ਸਾਂਭ ਕੇ ਲਿਆ ਜਾ ਲਿਆ ਸੁਰਤੇ ਨੂੰ ਆ ਚੱਕ ਪੰਜ ਸੌ ਰੁਪਈਆ ਪੰਜਾਹ ਸੱਠ ਬਾਟੀਆਂ ਚਾਹ ਦੀਆਂ ਮੰਗਾ ਬਾਹਰਲੇ ਬੰਨੇ ਨਾਲੇ ਸਾਰੀ ਪੁਲਿਸ ਨੂੰ ਮਠਿਆਈ ਖਿਲਾ ਸਰਦਾਰ ਜੀ ਇਸ ਚੋਰ ਨੇ ਚਾਹ ਦੀ ਬਾਟੀ ਕਿਸੇ ਨੂੰ ਨਹੀਂ ਦੇਣੀ ਤੁਸੀਂ ਬਾਹਰ ਬਾਣੀ ਨੂੰ ਪੈ ਉਹ ਕੋਈ ਨਾ ਬਾਣੀ ਨੂੰ ਫੇਰ ਦੇ ਦਾਂਗੇ ਐਵੇਂ ਮਹਾਜਨਾ ਚੱਕ ਭੇਜ ਅੰਦਰ ਸੱਤਰ ਅੱਸੀ ਬਾਟੀਆਂ ਚਾਹ ਦੀਆਂ ਫੜ ਕੇ ਨਿੱਕਾ ਗੱਡੀ ਚ ਜੀਪ ਚ ਬਿਠਾ ਕੇ ਵਾਪਸ ਮੁੜਿਆ ਉਧਰੋਂ ਭਾਊਆਂ ਨੇ ਊਠ ਸੁੰਦਰੀ ਦੇ ਨਿੱਕੇ ਦੇ ਘਰ ਦੇ ਨਾਲ ਲਾ ਛੋਟਾ ਭਾਊ ਸ਼ੇਰ ਨਜ਼ਰ ਆਉਂਦਾ ਹੁਣ ਮੈਂ ਕੰਧੇ ਜਾਵਾਂ ਪਹਿਲਾਂ ਦਰਵਾਜ਼ਾ ਤਾਂ ਦੇਖ ਸ਼ਾਇਦ ਖੁੱਲਾ ਹੋਵੇ ਅੰਦਰ ਵੇਖ ਹਾਂ ਖੁੱਲਾ ਕਿਵੇਂ ਨੀ ਭਾਊ ਤੂੰ ਬੋਰੀਆਂ ਗੱਲਾਂ ਕੰਡਿਆ ਵਾ ਮੈਂ ਖੋਲ ਲੈਣੇ ਹੀ ਆਪੇ ਤੂੰ ਪਰਾਂ ਹਟ ਉਹ ਤਸਤਾ ਨੀ ਵਗੀਦਾ ਹੁੰਦਾ ਖੜਾ ਮਾੜਾ ਜਾ ਮੈਨੂੰ ਵੇਖਣ ਦੇ ਬੜਾ ਭਾਊ ਕਹਿੰਦੇ ਛੋਟਾ ਹੱਥੋਂ ਛੁੱਟਦਾ ਜਾ ਛੋਟਾ ਭਾਊ ਵਿਹੜੇ ਚ ਉਤਰਿਆ ਉਹਨੇ ਵੇਖਿਆ ਕਿੱਥੇ ਆ ਸੁੰਦਰੀ ਦਰਵਾਜ਼ਾ ਖੋਲਣ ਦੀ ਗੱਲ ਜਾਨੂੰ ਬਾਹਰੋਂ ਜੀਪ ਦੀ ਆਵਾਜ਼ ਆ ਨਿੱਕੇ ਦੀ ਜੀਪ ਬਹੁਤ ਸੋਹਣਾ ਲੱਗ ਸਟਾਰ ਨਿੱਕਾ ਜਦ ਦੇਖਿਆ ਪਿਛਲੇ ਬਾਨੇ ਦੋ ਊਠ ਖੜੇ ਨੇ ਊਠ ਖੜੇ ਨਾਲ ਊਠਾਂ ਨੇ ਪਿਸ਼ਾਬ ਕੀਤਾ ਊਠ ਰਿੰਗਦੇ ਭੱਜ ਗਏ ਭਾਊ ਨੇ ਬਲਾਕੀ ਮਾਰੀ ਨਿੱਕੇ ਦੇ ਸਾਥੀਆਂ ਨੇ ਕੰਨ ਚੁੱਕ ਲਏ ਭੱਜ ਕੇ ਪਿਛਵਾੜੇ ਚ ਗਿਆ ਜਾਨੂੰ ਚਲੇ ਗਏ ਸਰਦਾਰ ਨੇ ਗੈਸ ਸਰਗੀ ਬੈਟਰੀ ਤੇ ਊਠਾਂ ਦੀਆਂ ਪੈੜਾਂ ਵੇਖੀਆਂ ਸੁੰਦਰੀ ਧੀਏ ਬਾਰ ਖੋਲ
ਤੂੰ ਕੰਧ ਚੜ ਕੇ ਸੌ ਗਈ ਪੁੱਤ ਤੂੰ ਦਰਵਾਜ਼ਾ ਤਾਂ ਖੋਲ। ਸਰਦਾਰ ਨੇ ਬੈਟਰੀ ਅੰਦਰ ਚੰਨ ਕੀਤਾ, ਦਰਵਾਜ਼ਾ ਟੁੱਟਿਆ ਹੋਇਆ ਸੀ, ਬੈਟਰੀ ਚ ਗਏ, ਨਿੱਕੇ ਦੀ ਚੀਕ ਨਿਕਲੀ, ਸੁੰਦਰੀ ਦੇ ਕੱਪੜੇ ਪਾੜੇ ਹੋਏ ਸੀ ਖੂਨ। ਕੌਣ ਕੁੱਤੇ ਦਾ ਬੀ ਆਇਆ ਮੈਨੂੰ ਦੱਸ ਤਾ ਸੀ ਸਰਦਾਰ ਦੀ ਰੱਬ ਜਿਹੜੀ ਆਵਾਜ਼ ਬੋਲ ਕੇ ਦੱਸ ਕੋੜਵਾਂ ਸਾੜੂ। ਪਤਾ ਨੀ ਕੌਣ ਸੀ, ਕਿੰਨੇ ਬੰਦੇ ਸੀ, ਇੱਕੋ ਸੀ। ਤੂੰ ਰੌਲਾ ਪੁੱਤ ਕਿਉਂ ਨਾ ਪਾਇਆ, ਬਹੁਤ ਪਾਇਆ, ਮੇਰੀਆਂ ਰਗਾਂ ਬਾਪੂ ਬੈਠ ਗਈਆਂ। ਇੱਕ ਤਾਂ ਭਾਊਆਂ ਦਾ ਕੋੜਵਾ ਖਤਮ ਕਰੋ ਤੇ ਨਿੱਕੇ ਨੂੰ ਗ੍ਰਿਫਤਾਰ ਜੀ ਨੇ ਕਰਾਇਆ ਬਾਬਾ ਦਾ ਵਾਕਾ ਵਾਹ ਦੇਣਾ, ਸਵੇਰੇ ਹੀ ਲਾਓ, ਸਵੇਰ ਨੂੰ ਕਿੱਥੇ ਹੁਣੇ ਲਾਓ। ਪੰਜੇ ਜਿਹੜੇ ਸੀ ਉਹਨਾਂ ਨੇ ਜੀਪ ਪਿੱਛੇ ਤੱਕ, ਉਹ ਭਾਊ ਦੇ ਪਿੱਛੇ 10 ਮੀਲ ਗਏ, ਭਾਊਆਂ ਨੇ ਬੋਤੇ ਪਤਾ ਨੀ ਕਿੱਧਰ ਨੂੰ ਚਾਰ। ਜਾਨੂ ਕੁੜੀ ਨੂੰ, ਜਾਨੂ ਜੀਪ ਮੁੜ ਕੇ ਜੀ ਲੱਭੇ ਨੀ, ਕੁੜੀ ਨੂੰ ਜੀਪ ਚ ਲੱਦੋ, ਸਿੱਧੀ ਡਾਕਟਰ ਦੇ। ਡਾਕਟਰ ਦੇ ਗਏ, ਡਾਕਟਰ ਕੁੰਡਾ ਨਾ ਖੋਲਿਆ, ਡਾਕਟਰ ਕੁੰਡਾ ਖੋਲ ਛੇਤੀ। ਅੰਦਰ ਲਾਈਟ ਜਗੀ, ਡਾਕਟਰ ਰਾਤ ਦਾ ਔਖਾ ਸੀ, ਥੋੜੀ ਜਿਹੀ ਪੀਤੀ ਵੀ ਹੋਈ ਸੀ, ਪੱਗ ਦਾ ਉਹਨੇ ਸਿਰ ਤੇ ਮੜਾਸਾ ਜਾ ਮਾਰਿਆ, ਐ ਸੀ ਪੱਗ ਜਿਹੜੀ ਜਮਾ ਹੀ ਅੱਖਾਂ ਤੇ ਆਈ ਹੋਈ। ਹਾਂਜੀ, ਕੁੜੀ ਦਾ ਇਲਾਜ ਕਰ। ਕਾਹਦਾ ਇਲਾਜ ਆ ਜੀ, ਸੁਣਦਾ ਕਿ ਨਹੀਂ, ਪਹਿਲਾਂ ਤਾਂ ਬੂਥਾ ਉੱਪਰ ਨੂੰ ਚੱਕ। ਸਰਦਾਰ ਬੁੱਕਣ ਸਿਉਂ ਆ ਮੇਰਾ ਨਾਂ ਸਰਦਾਰ। ਹਾਂਜੀ ਦੱਸੋ ਸਰਦਾਰ ਜੀ, ਕੁੜੀ ਦਾ ਇਲਾਜ ਕਰ। ਕੁੜੀ ਨੇ ਸੁਰਤ ਚਾ ਕੇ ਦੱਸਤਾ ਵੀ ਪਿੰਡ ਦਾ ਮੁੰਡਾ ਜਵਾਲਾ ਸੀ ਜਿਹੜਾ, ਉਹ ਘਰੇ ਉਤਰਿਆ। ਜਵਾਲੇ ਦਾ ਜਦ ਘਰੇ ਰੌਲਾ ਪਿਆ, ਜਾਨੂੰ ਮੁੜ ਕੇ ਆਏ, ਕੁੜੀ ਨੂੰ ਸੂਤ ਕਰਕੇ ਸੁੰਦਰੀ ਨੂੰ ਪਿੰਡ ਇਕੱਠਾ ਕਰ ਲਿਆ। ਸਰਦਾਰ ਨੇ ਰਾਜ ਜੀ ਗੋਲੀ ਮਾਰ ਦਿਓ। ਗੋਲੀ ਗੋਲੀ ਨੀ, ਬੁਲੀ ਕੁੱਤਿਆਂ ਨੂੰ ਪਾਉਣਾ ਹੈ ਨਾ, ਉਰੇ ਕਰੋ ਮੇਰੇ ਹਿਰਦੇ। ਪਿੰਡ ਕਹੇ ਨਹੀਂ, ਸਾਰਾ ਪਿੰਡ ਫੂਕੂ। ਸਾਰਾ ਪਿੰਡ ਇਕੱਠਾ ਹੋਇਆ ਕਹੇ ਨਾ ਜੀ, ਅਸੀਂ ਮੂੰਹ ਕਾਲਾ ਕਰਕੇ ਇਹਨੂੰ ਪਿੰਡੋਂ ਦੂਰ ਜੂਹ ਚੋਂ ਪਿੰਡੋਂ ਛੱਡ ਕੇ ਆਵਾਂਗੇ। ਠੀਕ ਹੈ, ਜੂਹ ਤੋਂ ਬਾਹਰ ਮੈਂ ਗੋਲੀ ਮਾਰ। ਜਵਾਲੇ ਦਾ ਮੂੰਹ ਕਾਲਾ ਕਰਕੇ ਗਧੇ ਤੇ ਚੜਾ ਲਿਆ, ਗਧੇ ਨੂੰ ਪਿੰਡ ਤੋਂ ਬਾਹਰ ਜੂਹ ਛੱਡਿਆ। ਬਾਹਰਲੇ ਬੰਨੇ ਸਰਦਾਰ ਨੇ ਜਵਾਲੇ ਦੇ ਸਿੱਧੀ ਗੋਲੀ ਮਾਰ। ਜਵਾਲਾ ਤੜਫਦਾ, ਸਰਦਾਰ ਨੂੰ ਪਤਾ ਨੀ ਸਰਦਾਰ ਦੇ ਸਿਰ ਨੂੰ ਕੀ ਚੜਿਆ ਹੋਇਆ ਸੀ। ਦੂਜੀ ਰਾਤ ਲੰਘ ਗਈ ਸੀ, ਸਰਦਾਰ ਘਰੋਂ ਨਿਕਲਿਆ, ਘਰੇ ਆ ਕੇ ਬੈਠਾ, ਸੁੰਦਰੀ ਕੋਲ ਬੈਠੀ, ਪਾਣੀ ਪੀਤਾ, ਪਤਾ ਹੀ ਸਰਦਾਰ ਦੀ ਅੱਖ ਲੱਗ ਗਈ। ਘੰਟੇ ਬਾਅਦ ਉੱਠਿਆ, ਫਿਕਰ ਨਾ ਕਰੀ ਮੈਂ ਪਾਸੋਂ ਆਉ। ਇੰਨੀ ਗੱਲ ਸੁਣ ਕੇ ਚੱਲ ਗਿਆ। ਨਿੱਕੇ ਨੂੰ ਫਿਕਰ ਹੋ, ਨਿੱਕੇ ਦੀ ਫਿਕਰ ਦੀ ਗੱਲ ਇਹ ਹੋ ਗਈ ਬਈ ਹੁਣ ਧੀ ਧਿਆਨੀ ਦਾ ਕੀ। ਉਧਰ ਬੁੱਕਣ ਸਿੰਘ ਸਰਦਾਰ ਫਿਰਦਾ, ਇੱਧਰ ਜਵਾਲੇ ਨੇ ਬਦਮਾਸ਼ੀ ਕਰਤੀ, ਧੀ ਬਣਾਈ ਹੋਈ ਹੈ, ਇਹਦਾ ਮੈਂ ਕਰਾਂ ਕੀ। ਬੁੱਕਣ ਸਿੰਘ ਨੇ ਛੱਡਣਾ ਨੀ, ਬੁੱਕਣ ਸਿੰਘ ਪਿਓ ਦੀ ਉਮਰ ਦਾ, ਸਰਦਾਰ ਨੇ ਇਹਨੂੰ ਛੱਡਣਾ। ਮੈਂ ਤਾਂ ਫਾਹਾ ਪਾ ਲਿਆ, ਪਿੰਡ ਦੀ ਮੰਡੀਰ ਤੋਂ ਡਰਦਾ ਬੁੱਕਣ ਕੋਲ ਗਿਆ। ਬੁੱਕਣ ਨੇ ਕੁੜੀ ਤੇ ਅੱਖ ਰੱਖ ਲਈ, ਪਿੰਡ ਦੀ ਮੰਡੀਰ ਦੀ ਖਾ। ਉਹਦੇ ਬਾਅਦ ਪਿਸਤੇ ਦਾ ਘੋੜਾ ਬੁੱਕਣ ਸਿੰਘ ਨੇ ਭੇਜ ਆ ਕੇ ਘੋੜੇ ਨੇ ਛਿੜਕਣਾ ਕੀਤੀ। ਨਿੱਕੇ ਨੇ ਅੰਦਰ ਦੀ ਪਤਾ ਸੀ ਇੱਕ ਘੋੜਾ ਨਾਲ ਪਿਸਤੇ। ਸਰਦਾਰ ਨੇ ਦੋਹਾਂ, ਮੈਂ ਤਾਂ ਗਰਾਂ ਜਾ ਰਿਹਾ, ਮਿਲ ਕੇ ਚਲਾ ਜਾਈ। ਸਰਦਾਰ ਨੇ ਕਿਹਾ ਨਹੀਂ ਨਹੀਂ, ਪਿਸਤੇ ਨੇ ਕਿਹਾ ਮੈਂ ਕਿਹਾ ਤਾਂ ਯਾਰ ਗਰਾਂ ਜਾਣਾ ਮੈਂ, ਦੇਖ ਲੈ ਬੁੱਕਣ ਸਿੰਘ ਦਾ ਤੈਨੂੰ ਪਤਾ ਨੀ। ਨਿੱਕੇ ਦਾ ਸਾਹ ਚੜ ਗਿਆ, ਕੱਚੀ ਤਰੇੜੀ ਆ। ਸੁੰਦਰੀ ਨੂੰ ਨੀ ਸੀ ਪਤਾ ਲੱਗੀ ਲੱਗ ਰਿਹਾ। ਜਾਨੂ ਪਿਸਤੇ ਦੇ ਨਾਲ ਕੱਲਾ ਨਿੱਕਾ ਮੁੜਿਆ, ਘੋੜੇ ਤੇਜ ਭੱਜ ਰਹੇ ਸੀ। ਦੋਹਾਂ ਪਿੰਡਾਂ ਦੇ ਸਰਦਾਰ ਬਾਹਰ ਵਣ ਚ ਤਾਸ਼ ਖੇਡਦੇ, ਜੂਆ ਚੱਲਦਾ, ਸ਼ਰਾਬ ਦਾ ਗਲਾਸ ਚੱਲਦਾ, ਸਰਦਾਰ ਦੇ ਚਾਟੜੇ ਬੈਠੇ ਸਰਦਾਰ ਨੂੰ ਵਾੜ ਕਰੀ, ਸ਼ਿਕਾਰੀ ਤੇ ਪਾਲਤੂ ਚਿੱਤੇ ਛਾਂ ਹੇਠਾਂ ਗਿੱਲੀ ਮਿੱਟੀ ਉੱਪਰ ਧਰਕਦੇ ਸੀਨੇ ਨਾਲ ਗੀਤ ਚੱਲਦੀ, ਕਲਹਿ ਦੀਆਂ ਮੋਰਾਂ ਬੇ ਮੈਂ ਨਾ ਤੇਰੇ ਰਹਿੰਦੀ। ਸਰਦਾਰ ਬਘੇਲ ਸੁਣੇਗਾ, ਤੇਰੀ ਮੋਰ ਨੀ ਗੱਲ ਪਹੁੰਚੂ ਬਈ। ਬਸ ਪਹੁੰਚੀ ਲੈ ਬੁੱਕਣ ਸਿੰਘ ਅੱਜ ਸਰਦਾਰਾਂ ਚ ਦਿਖਾਉਂਦਾ ਸੀ ਬਈ ਆਹ ਵੇਖੋ ਇੱਕ ਨਵਾਂ ਹਰਮ ਆਇਆ। ਉਹ ਹੈ ਕੌਣ? ਉਹ ਪਤਾ ਨੀ, ਮੱਥੇ ਨੀ ਲੱਗ ਹੁੰਦਾ। ਪੱਲਾ 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 ਵੀ ਇੰਨਾ ਜਦ ਜਾਨੂੰ ਘੋੜੇ ਹਿਣ ਕੇ ਬੁੱਕਣ ਨੇ ਦੇਖਿਆ ਸੁੰਦਰੀ ਵਾਲਾ ਘੋੜਾ ਖਾਲੀ ਹੈ, ਗੁੱਸੇ ਹੋ ਜਿਵੇਂ ਆ ਗਈ ਖਾਲੀ ਘੋੜੀ ਹਿਣਕਦੀ ਉੱਤੇ ਨੀ ਦੀਂਦੀ ਹੀਰ। ਸਰਦਾਰ ਨੇ ਪੁੱਛਿਆ, ਇਹਨੂੰ ਪੁੱਛੋ ਪਿਸਤੇ ਨੇ ਕਿਹਾ, ਕਿਉਂ ਬਈ ਤਰਸਾਉਣਾ ਹੈ? ਹੁਕਮ ਕਰੋ ਸਰਦਾਰ ਜੀ। ਹੁਕਮ ਕੀਤਾ ਸੀ ਕਿੰਨੀ ਵਾਰ ਕਰਨਾ ਹੈ? ਸਰਦਾਰ ਜੀ ਬੋਲ ਕੇ ਦੱਸੇਗਾ, ਤੂੰ ਅੱਜ ਮੇਰੀ ਖੇਹ ਬਣਾਤੀ, ਬਹੁਤ ਵਾਰ ਸਰਦਾਰ ਆਏ ਹੋਏ ਨੇ, ਖਾਲੀ ਆਤਾ ਆਇਆ ਖੜਾ, ਮੇਰੀ ਧੇਲਾ ਕਰਾਤੀ, ਕੀ ਜਵਾਬ ਦਊਂਗਾ ਉਹਨੂੰ? ਹੋਰ ਟੱਪਰ ਟੱਕ ਗਿਆ ਕੋਈ ਨਸੀਬਾ ਵਾਲਾ? ਭੜੋਈਏ ਨੂੰ ਜਵਾਬ ਦੇ ਉਹ। ਸਰਦਾਰ ਨੇ ਨਿੱਕੇ ਦੇ ਪੈਰ ਮਾਰਿਆ,
ਲੱਤ ਮਾਰੀ ਪਿਸਤ ਨੇ ਸਿੱਧਾ ਕਰਤਾ ਨਿੱਕਾ ਪੈਰਾਂ ਤੇ ਪਿਆ ਸੁਣਾ ਜੀ ਮੇਰੀ ਧੀ ਆ ਉਹ ਕੁੜੀ ਕਿਸੇ ਦੀ ਤਾਂ ਧੀ ਹੁੰਦੀ ਆ ਹੋਰ ਵੀ ਚੰਗੀ ਗੱਲ ਆ ਤੇਰੀ ਧੀ ਆ ਪਰ ਸਰਦਾਰ ਜੀ ਜੋ ਆਖਰੀ ਵਾਲੇ ਉਹ ਆਪੇ ਬੜੀ ਹੋ ਜੂ ਸਾਡੇ ਘਰ ਆ ਕੇ ਨਾ ਸਰਦਾਰ ਜੀ ਇਹ ਨੀ ਗੱਲ ਜਾਨੂੰ ਪਿੱਛੋਂ ਆ ਕੇ ਕਿਸੇ ਨੇ ਗੱਲ ਕੀਤੀ ਆ ਕੇ ਨੌਕਰ ਦੇ ਮੋਢੇ ਤੇ ਡੱਬੀ ਵਾਲਾ ਤੁਹਾਡਾ ਵੀ ਗੱਫਾ ਤਿਆਰ ਹੈ ਸਰਦਾਰ ਜੀ ਸੇਵਾਦਾਰ ਨੇ ਜਦ ਕਿਹਾ ਬੁੱਕਣ ਸਿਉ ਨੇ ਕਹਿ ਕੇ ਗਰਦਨ ਮੋੜੀ ਸਾਹਮਣੇ ਵੱਡੇ ਸਾਰੇ ਬਾਟੇ ਚ ਦੇਸੀ ਘਿਓ ਦੇ ਚ ਫੀਮ ਤੜਕੀ ਪਈ ਸੀ ਆਲੇ ਦੁਆਲੇ ਸਰਦਾਰ ਹੋ ਗਏ ਉਂਗਲਾਂ ਦੇ ਨਾਲ ਗੁੜ ਨੂੰ ਚੱਟ ਕੇ ਖਾ ਗਏ ਸ਼ਰਾਬ ਦੇ ਹਾੜਿਆਂ ਨੇ ਅਫੀਮ ਨੂੰ ਬਟਾ ਚਾੜਤਾ ਨਸ਼ਾ ਖਿੜ ਗਿਆ ਚੀਕਾਂ ਮਾਰਨ ਲੱਗ ਗਏ ਬਾਲ ਖੋਲ ਲਏ ਕੋਈ ਕੋਠੀ ਦੇ ਅੰਦਰ ਜਾਂਦਾ ਕੋਈ ਅੰਦਰ ਨੱਚਣ ਵਾਲੀਆਂ ਗਈਆਂ ਸੀ ਸਰਦਾਰ ਅੰਦਰ ਵੜ ਗਏ ਸਰਦਾਰ ਬੁੱਕਣ ਸਿੰਘ ਬਾਹਰ ਬੈਠਾ ਗੁੱਸੇ ਚ ਸੀ ਤੇ ਜਾ ਇਹਨੂੰ ਛੱਡਿਆ ਬੁੱਕਣ ਨੇ ਕਿਹਾ ਆਪ ਲਿਆਵੇਂਗਾ ਉਹਨੂੰ ਸਰਦਾਰ ਜੀ 10 ਦਿਨਾਂ ਦੇ ਵਿੱਚ ਆਪ ਲਿਆ ਜਾ ਲੈ ਜਾ ਨਹੀਂ ਤਾਂ ਫਿਰ ਗੋਲੀ ਬਣ ਚ ਮਾਰੂ ਜਿੱਥੇ ਜਵਾਲਾ ਮਾਰਿਆ ਸੀ ਘਰੇ ਆ ਗਿਆ ਘਰੇ ਆ ਕੇ ਪਿਸਤਾ ਛੱਡ ਗਿਆ ਪਿਸਤਾ ਛੱਡਣ ਤੋਂ ਬਾਅਦ ਹਫ਼ਤੇ ਦੇ 4 ਦਿਨ ਰਹਿ ਗਏ ਤੇ ਅਖੀਰ ਗੱਲ ਮਨ ਚ ਨਿੱਕੇ ਦੇ ਆ ਗਈ ਵੀ ਹੁਣ ਭੱਜਣਾ ਸੂਰਜ ਚੜ ਗਿਆ ਸਟੇਸ਼ਨ ਤੇ ਦੋਨੇ ਪਿਓ ਦੀ ਖੜੇ ਸਾਹਮਣੇ ਪਿਸਤਾ ਖੜਾ ਸਤਿ ਸ੍ਰੀ ਅਕਾਲ ਨਿੱਕਾ ਸਿਆ ਉਦਣ ਦੇ ਹੀ ਨੇੜ ਦੇ ਸਟੇਸ਼ਨ ਤੇ 7 ਬੰਦੇ ਸਵਾਰ ਬੁੱਕਣ ਸਿੰਘ ਨੇ ਬਿਠਾਏ ਸੀ ਜੇ ਭੱਜੂ ਗੋਲੀ ਮਾਰ ਦੇ ਤੇ ਸੁੰਦਰੀ ਚੱਕ ਲਿਆ ਗੱਡੀ ਚੜ੍ਹਨਾ ਪਿਸਤ ਨੇ ਕਿਹਾ ਹਾਂ ਹਾਂ ਅਸੀਂ ਮਾੜਾ ਜਿਹਾ ਕੰਮ ਨਹੀਂ ਗੋਲੀ ਲੱਗੂ ਸਰਦਾਰ ਨੇ ਕਿਹਾ ਸੁੰਦਰੀ ਜਾਊ ਚਲੋ ਘੋੜੇ ਤੇ ਦੋਨੇ ਘੋੜੇ ਤੇ ਲੱਦ ਲਏ ਸਰਦਾਰ ਨੇ ਜਾ ਕੇ ਜਦ ਦੇਖਿਆ ਤਾਂ ਨੇੜ ਦੀ ਠੰਡੀ ਬ੍ਰਿਜ ਦੀ ਸਤਲੁਜ ਦਰਿਆ ਦੇ ਕੰਢੇ ਸਰਕਾਰੀ ਕੋਠੀ ਯਾਰ ਨਹਿਰੀ ਅਫਸਰ ਦੀ ਤਹਿਸ ਸਰਦਾਰ ਬਹਾਦਰ ਦੇ ਹਵਾਲੇ ਕੀਤੀ ਠੰਡੀ ਬ੍ਰਿਜ ਤੇ ਬੁੱਕਣ ਸਿਉ ਲਿਟ ਰਿਹਾ ਸੀ ਦਾਰੂ ਪੀਤੀ ਹੋਈ ਸੀ ਸਰਦਾਰ ਨੇ ਜਦ ਦੇਖਿਆ ਕਿ ਸੁੰਦਰੀ ਦੇ ਨਾਲ ਨਿੱਕੇ ਨਾਲ ਸਰਦਾਰ ਤਾਂ ਪਰਿਆ ਸੀ ਦੰਦ ਪੀਂਦਾ ਮੱਥਾ ਘੁੱਟਿਆ ਅੱਖਾਂ ਚ ਖੂਨ ਸ਼ਰਾਬ ਦੇ ਗਲਾਸ ਦੇ ਨਾਲ ਚਾੜਦਾ ਇਸੇ ਦਰਿਆ ਦੇ ਇਸ ਮੂਰਤੀ ਕਿੱਕਾਂ ਥੱਲੇ ਸਰਦਾਰ ਨੇ ਇੱਕ ਬੰਦੇ ਨੂੰ ਧਰਤ ਤੇ ਗੱਡ ਕੇ ਬੁਲੀ ਕੁੱਤੇ ਉੱਪਰ ਛੱਡ ਦਿੱਤਾ ਸੁੰਦਰੀ ਨੂੰ ਨਿੱਕੇ ਨੂੰ ਲੈ ਕੇ ਪਿਸਤਾ ਉਂਚਾ ਪਿਸਤ ਨੇ ਹੀਰ ਸਨਾਤੀ ਵੀ ਭੱਜਣ ਲੱਗਿਆ ਸੀ ਨਿੱਕਿਆ ਯਾਰ ਰਿਹਾ ਤੈਨੂੰ ਮਾਰਨਾ ਬਹੁਤ ਔਖਾ ਹੁਣ ਯਾਰੀ ਤਾਂ ਦੇਖੀ ਹੁਣ ਦੁਸ਼ਮਣੀ ਵੀ ਦੇਖ ਹੈਰਾਨ ਤੂੰ ਮੈਂ ਇਹ ਗੱਲਾਂ ਤੂੰ ਹੀਹਾ ਕੀਤਾ ਭੱਜਣ ਦਾ ਨਿੱਕਾ ਬੋਲਿਆ ਨਾ ਚਾਚੂ ਲਿਆਓ ਇਹਦੀ ਜੀਭ ਵੱਢੋ ਵਾਹਾਂ ਇਹਦੀ ਕਿੱਕਣਾਂ ਦੇ ਮੁੱਢ ਦੇ ਨਾਲ ਬੰਨਦੇ ਹੋ ਉੱਤੇ ਛੱਡ ਦਿਓ ਉੱਪਰ ਸੁੰਦਰੀ ਨੇ ਚੀਕਾਂ ਮਾਰੀਆਂ ਮਾਂ ਬਾਪ ਮੇਰੇ ਬਾਪੂ ਨੂੰ ਛੱਡ ਦਿਓ ਮੇਰੇ ਬਾਪੂ ਨੂੰ ਛੱਡ ਦਿਓ ਦੁਬਾਰਾ ਭੱਜੋਗੇ ਜਾਨੂੰ ਕਿੱਕਰਾਂ ਨਾਲ ਨੂਰ ਦਿੱਤਾ ਸੀ ਨਿੱਕਾ ਨਹੀਂ ਭੱਜਦੀ ਭੱਜਣ ਦਾ ਨਾਮ ਇਹਦੇ ਮੇਰੇ ਬਾਪੂ ਨੂੰ ਛੱਡ ਦਿਓ ਨਿੱਕੇ ਨੂੰ ਪਤਾ ਸੀ ਬਈ ਹੁਣ ਕਹਾਣੀ ਗਈ ਮੇਰੀ ਧੀ ਉੱਜੜ ਜਾਣੀ ਨਿੱਕੇ ਨੂੰ ਛੱਡ ਲਿਓ ਤੇ ਇਹਨੂੰ ਕੋਠੀ ਚ ਲੈ ਕੇ ਆਓ ਕੋਠੀ ਦਾ ਹਾਲ ਕਮਰਾ ਬੜਾ ਕਮਰੇ ਦੇ ਕਨਿਸ਼ ਉੱਪਰ ਸ਼ਰਾਬ ਦੀਆਂ ਬੋਤਲਾਂ ਪਾਣੀ ਦਾ ਜੱਗ ਸਾਰੇ ਸਰਦਾਰ ਘਰਾੜੇ ਮਾਰ ਰਿਹਾ ਸੀ ਬਾਹਰ ਸੁੰਦਰੀ ਨੂੰ ਨਲਾਉਣ ਲੱਗਿਆ ਹਾਂ ਮੁੰਡੇ ਹੋ ਹਾਂਜੀ ਸਰਦਾਰ ਪੋਥਾ ਬੰਨੋ ਮੇਰਾ ਇੱਕ ਨੇ ਫੜ ਕੇ ਉਹਨੇ ਬਾਹਾਂ ਚੱਕੀਆਂ ਜਿਵੇਂ ਛੋਟੇ ਜਵਾਕ ਦਾ ਨੀਕਰ ਦਾ ਨਾਲਾ ਬੰਨੇ ਨੇ ਦੋ ਚਾਟੜਿਆਂ ਨੇ ਪਿੱਛੋਂ ਚਾਦਰਾ ਚੱਕਿਆ ਦੂਜੇ ਨੇ ਗੱਠ ਪਾ ਕੇ ਪਿੱਛੇ ਲੰਬਾ ਨਿੱਕਾ ਪੁਰਾਣਾ ਯਾਰ ਹੈ ਇਉਂ ਕਰੋ ਲੈ ਕੇ ਆਓ ਨਿੱਕੇ ਨੂੰ ਜਦ ਨੂੰ ਨਹਾ ਧੋ ਕੇ ਸੁੰਦਰੀ ਤਿਆਰ ਕਰ ਦਿੱਤੀ ਨਵੇਂ ਕੱਪੜੇ ਪਾਤੇ ਸਰਦਾਰ ਨੇ ਨਿੱਕੇ ਨੂੰ ਮੂਹਰੇ ਖੜਾ ਕੇ ਪੁੱਛਿਆ ਦੱਸ ਕੀ ਚਾਹੁੰਦਾ ਮੈਂ ਸੁੰਦਰੀ ਦਾ ਮੁੱਲ ਪਾਉਣਾ ਮੁੱਲ ਵਿਕਦਾ ਸੱਜਣ ਜੇ ਮਿਲ ਜਾਵੇ ਜਿੰਦ ਵੇਚ ਕੇ ਦਊ ਦੱਸ ਤੈਨੂੰ ਕੀ ਚਾਹੀਦਾ ਅੱਜ ਤੱਕ ਤੈਨੂੰ ਸਭ ਕੁਛ ਦਿੱਤਾ ਸਰਦਾਰ ਜੀ ਕੁਛ ਨੀ ਚਾਹੀਦਾ ਮੈਨੂੰ ਬੇਬੀ ਤੈਨੂੰ ਮਾਇਆ ਚਾਹੀਦਾ ਜ਼ਮੀਨ ਊਠ ਘੋੜੇ ਕਾਰ ਜੀਪ ਦੱਸ ਕਿੰਨੇ ਘੁਮਾ ਜ਼ਮੀਨ ਚਾਹੀਦਾ ਸੁੰਦਰੀ ਮੇਰੀ ਆ ਮੈਂ ਖੁਸ਼ ਆ ਮੰਗ ਮੇਰੇ ਤੋਂ ਤੀਸਰਾ ਬਚਣਾ ਮੰਗ ਲਾ ਜਿਹੜਾ ਕੋਈ ਮੰਗਣਾ ਅੱਜ ਜਿਹੜੀ ਕਹੇਗਾ ਗੱਲ ਹੋ ਗੱਲ ਹੈ ਸਰਦਾਰ ਜੀ ਬਚਨ ਦਿਓਗੇ ਹਾਂ ਬਚਨ ਦਿੱਤਾ ਮੰਗ ਘੋੜਾ ਚਾਹੀਦਾ ਕਾਰ ਚਾਹੀਦੀ ਹੈ 500 ਕਿੱਲਾ ਜ਼ਮੀਨ ਚਾਹੀਦੀ ਹੈ ਹਵੇਲੀ ਚਾਹੀਦੀ ਹੈ ਸਰਦਾਰ ਜੀ ਬਚਨ ਹੈ ਬਚਨ ਹੈ ਸਰਦਾਰ ਜੀ ਸੁੰਦਰੀ ਮੇਰੀ ਧੀ ਹੈ ਹਾਂ ਇਹਦੇ ਨਾਲ ਵਿਆਹ ਕਰਨਾ ਪਊਗਾ ਸਰਦਾਰ ਦਾ ਪੈੜਾ ਹੋਇਆ ਮੱਥਾ ਖੁੱਲ ਗਿਆ ਅੱਖਾਂ ਦੀਆਂ ਭਵਾਂ ਥੱਲੇ ਹੋ ਗਈ
ਹੱਥ ਉੱਪਰ ਨੂੰ ਚੱਕੇ ਕਮਿਸ਼ਨਾਂ ਨੂੰ ਥੱਲੇ ਹੋ ਗਏ ਪੱਤੀ ਦੇ ਪੱਤੀ ਦੰਦ ਇਕੱਠੇ ਹੋ ਗਏ ਵਚਨ ਦਿੱਤਾ ਜੀ ਹੁਣ ਤੁਸੀਂ ਹੁਣ ਦੱਸੋ ਸਰਦਾਰ ਨੇ ਅੱਖਾਂ ਚੱਕ ਕੇ ਤਾੜੀ ਮਾਰੀ ਚੱਲ ਤੇਰੇ ਨਾਲ ਰਹੀ ਅੱਜ ਤੋਂ ਬਾਅਦ ਤੇਰੀ ਧੀ ਮੇਰੀ ਸਰਦਾਰਨੀ ਆ ਮੁੱਲ ਕੋਈ ਨੀ ਵਿਆਹ ਕਰਾਊ ਇਹਦੇ ਨਾਲ ਨਿੱਕਾ ਆਪਣੀ ਧੀ ਨੂੰ ਸਰਦਾਰਨੀ ਬਣਾ ਕੇ ਖੁਸ਼ ਸੀ ਬੁੱਕਣ ਸਿੰਘ ਆਪਣੇ ਹਰਮ ਦੇ ਵਿੱਚ ਇੱਕ ਨਵੀਂ ਇਸਤਰੀ ਨੂੰ ਲੈ ਕੇ ਖੁਸ਼ ਸੀ ਤੇ ਸੁੰਦਰੀ ਨੇ ਇਸ ਗੱਲੋਂ ਖੁਸ਼ੀ ਕੀਤੀ ਕਿ ਮੈਂ ਹੁਣ ਸੁਰੱਖਿਅਤ ਹਾਂ ਸਰਦਾਰਨੀ